कैप्टन साहब का बयान भी तो आया कल परसों, उन्होंने कहा कि किसानों नू जिहड़ा उह सानू धक्का नहीं करना चाहिए इस चीज़ को लैके, असी जिवें विधानसभा सैशन सदना उदा ही सदा। असी बीजेपी के लीडरां दे ते उन्होंने चुने ते जिहड़े उन्होंने वड्डे आगू ने उन्होंने घराओ कर रहे, उन्होंने बाइकाट कर रहे हैं वख वख रूपां च जी। तो मुख्यमंत्री साहब ने यह भी कहता कि रेलां जिहड़ियां रोकियां उत्थों भी किसान पासे हो जाण, उहदे नाल किते कहिंदे पंजाब च नहीं रहना छा जे। ਇਹ ਕੌੜਾ ਘੁੱਟ ਭਰਨਾ ਉਹਨਾਂ ਲਈ ਬਹੁਤ ਔਖਾ ਹੈ, ਇਹ ਨਹੀਂ ਕਰ ਮਤਲਬ ਆਸ ਕੋਈ ਨਹੀਂ। ਮੂਸੇ ਵਾਲੇ ਨੇ ਨੌਜਵਾਨ ਕਿਸਾਨ ਏਕਤਾ ਬਣਾ ਕੇ ਆਪਣਾ ਝੰਡਾ ਖੜਾ ਕੀਤਾ ਮਾਨਸਾ ਦੇ ਵਿੱਚ, ਤੁਸੀਂ ਦੇਖਿਆ ਦੀਪ ਸਿੱਧੂ ਸ਼ੰਭੂ ਬਾਰਡਰ 'ਤੇ ਬੈਠਾ ਹੈ, ਕਿਸਾਨ ਆਪਣੇ ਫਾਟਕਾਂ 'ਤੇ ਬੈਠੇ ਨੇ ਅਲੱਗ ਅਲੱਗ ਥਾਵਾਂ 'ਤੇ। ਕਲਾਕਾਰ ਵਾਈ ਨੋਟ ਦਾ ਪ੍ਰੋਫੈਸਰ ਵਾਈ ਨੋਟ ਦਾ ਅਦਰ ਪੀਪਲ। ਕਲਾਕਾਰਾਂ ਨੂੰ ਹੁਣ ਇਹ ਚਾਹੀਦਾ ਹੈ ਕਿ ਉਹ ਆਪਣੀ ਕਲਮ ਜਾਂ ਗੀਤਕਾਰ ਜਿਹੜੇ ਨੇ ਉਹ ਕਲਾਕਾਰ ਇਹ ਰਲ ਕੇ ਪੰਜਾਬ ਦੇ 'ਚ ਇਹੋ ਜਿਹਾ ਹਮਲਾ ਮਾਰਨ ਕਿ ਜਿਹੜੇ ਕਿਸਾਨ ਖੁਦਕੁਸ਼ੀਆਂ ਕਰਦੇ ਨੇ ਜਾਂ ਜਿਹੜੇ ਬੈਕਫੁੱਟ 'ਤੇ ਚਲੇ ਗਏ, ਜਿਹਨਾਂ ਨੂੰ ਤੁਸੀਂ ਦੇਖਿਆ ਕਿ ਇਹੋ ਜਿਹਾ ਦੌਰ ਝੱਲਣਾ ਪੈਂਦਾ ਕਿ ਉਹਨਾਂ ਕੋਲ ਕਮਾਈ ਜੋਗੇ ਪੈਸੇ ਨਹੀਂ ਹੁੰਦੇ। ਯਾਨੀ ਮੈਂ ਤਾਂ ਇਹ ਵੀ ਚਾਹੁੰਦਾ ਕਿ ਇਹ ਮੂਵਮੈਂਟ ਹੈ ਜਿਹੜੀ ਕਿਸਾਨਾਂ ਦੀ ਮੂਵਮੈਂਟ ਸੈਂਟਰ 'ਚ ਰਹੇ ਜੀ, ਲੋਕ ਇਹਦੀ ਸਪੋਰਟ ਕਰਨ ਜੀ, ਅਤੇ ਐਡਾ ਉਭਾਰ ਬਣੇ ਇਹ ਤਾਂ ਜੋ ਇਹ ਇੱਕ ਮਤਲਬ ਕਿ ਇੱਕ ਤਰ੍ਹਾਂ ਦੀ ਕਿਸਾਨਾਂ ਦੇ ਹੱਕ 'ਚ ਤਬਦੀਲੀ ਲੈ ਕੇ ਆਉਣ ਵਾਸਤੇ ਮੋਦੀ ਸਰਕਾਰ ਨੂੰ ਮਜਬੂਰ ਕਰੇ। ਗੀਤ ਕਈ ਇਹੋ ਜਿਹੇ ਆ ਰਹੇ ਨੇ ਜਿਹਨਾਂ ਗੀਤਾਂ ਦੇ ਵਿੱਚ ਉਕਸਾਇਆ ਜਾ ਰਿਹਾ, ਹਥਿਆਰ ਚੱਕ ਲਾਂਗੇ ਦਿੱਲੀ, ਹਥਿਆਰ ਚੱਕਣ ਲਈ ਮਜਬੂਰ ਨਾ ਕਰ। ਤੁਹਾਨੂੰ ਨਹੀਂ ਲੱਗਦਾ ਕਿ ਇਹ ਮੂਵਮੈਂਟ ਜਿਹੜੀ ਹੈ ਜਿਸ ਤਰ੍ਹਾਂ ਤੁਸੀਂ ਸੰਘਰਸ਼ ਚਲਾਉਂਦੇ ਆ ਰਹੇ ਹੋ, ਕਿਸਾਨ ਚਲਾਉਂਦੇ ਆ ਰਹੇ ਨੇ, ਕੋਈ ਹਥਿਆਰਾਂ ਵਾਲੀ ਗੱਲ ਹੀ ਨਹੀਂ, ਉਹ ਆਪਣੀ ਗੱਲ ਰੱਖ ਰਹੇ ਨੇ। ਕਲਾਕਾਰਾਂ ਨੂੰ ਵੀ ਸਾਰੇ ਲੇਖਕਾਂ ਨੂੰ ਵੀ ਇੱਕ ਮਜਬੂਰੀ ਹੁੰਦੀ ਹੈ ਕਿ ਉਹ ਜਿਸ ਜਿੱਧਰ ਮੂਵਮੈਂਟ ਜਾ ਰਹੀ ਹੈ ਉਹ ਨਿਸ਼ਾਨੇ ਵੱਲ ਹੋ ਕੇ ਹੀ ਆਪਣੀ ਪਰਫਾਰਮੈਂਸ ਕਰਨ, ਆਪਣੀ ਕਲਮ ਦੀ ਧਾਰ ਵਰਤਣ। ਲੱਖੋਵਾਲ ਸਾਹਿਬ ਨੂੰ ਉੱਥੇ ਸੁਪਰੀਮ ਕੋਰਟ ਜਾਣਾ ਪਿਆ, ਫਿਰ ਵਾਪਸ ਆ ਕੇ, ਕੋਈ ਸਿਆਸੀ ਕਿਤੋਂ ਮਨਸ਼ਾ ਮਿਲੀ, ਕੋਈ ਪਿੱਛੋਂ ਕਿਸੇ ਨੇ ਕਿਹਾ ਕਿ ਆਪਣੇ ਤੌਰ 'ਤੇ ਚਲੇ ਗਏ ਬਿਨਾਂ ਪੁੱਛੇ? ਉਸ ਤੋਂ ਇੱਕ ਦਿਨ ਪਹਿਲਾਂ ਆਪਣੇ ਸੁਰਜੀਤ ਜਿਆਣੀ ਜੀ, ਸੁਰਜੀਤ ਕੁਮਾਰ ਜਿਆਣੀ ਜਿਹੜੇ ਬੀਜੇਪੀ ਨੇ ਇੱਕ ਕਮੇਟੀ ਬਣਾਈ ਹੈ ਕਿਸਾਨਾਂ ਵਾਸਤੇ, ਉਹਦੇ ਮੇਨ ਲੀਡਰ ਨੇ, ਮੁੱਖ ਨੇ ਉਹ ਜੀ, ਉਹਦੇ ਨਾਲ ਉਹਨਾਂ ਦੀ ਮੁਲਾਕਾਤ ਦੀ ਖਬਰ ਛਾਪੀ ਹੈ 7 ਤਰੀਕ ਨੂੰ। ਹੁਣ ਇਹ ਦੱਸੋ ਕਿ ਕੇਂਦਰ ਨੂੰ ਮਨਾ ਕਿਉਂ ਕੀਤਾ, ਕੇਂਦਰ ਨੇ ਪਹੁੰਚ ਕੀਤੀ ਕਿ ਜਥੇਬੰਦੀਆਂ ਆ ਕੇ ਸਾਡੇ ਨਾਲ ਗੱਲਬਾਤ ਕਰਨ? ਸਿਮੀਲਰਲੀ ਮੈਨੂੰ ਇਹ ਲੱਗਦਾ ਕਿ ਜਿਹੜੇ ਰਾਜ ਕਰਨ ਵਾਲਿਆਂ ਦਾ ਇੱਕ ਅੰਡਰ ਕਰੰਟ ਐਸੀ ਆ, ਜਿਹੜੇ ਸੋਚਦੇ ਨੇ ਵੀ ਇਹ ਕੋਈ ਲੋਕ ਨੇ, ਕੋਈ ਸੈਕਸ਼ਨ ਹੈ, ਕੋਈ ਵਰਗ ਹੈ, ਕੋਈ ਲੋਕ ਨੇ, ਕੋਈ ਪ੍ਰਾਂਤ ਦੇ ਲੋਕ ਨੇ, ਵੀ ਉਹਨਾਂ ਨੂੰ ਜੁੱਤੀ ਥੱਲੇ ਦੇ ਕੇ ਉਹਨਾਂ ਨੂੰ ਮਨਾਉਣਾ ਆਪਣੀ ਗੱਲ। ਸਤਿ ਸ਼੍ਰੀ ਅਕਾਲ, ਤੁਸੀਂ ਲੋਕ ਰੰਗ ਚੈਨਲ ਪੰਜਾਬੀ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਦੇਸ਼ ਭਰ ਦਾ ਕਿਸਾਨ ਸੜਕਾਂ 'ਤੇ ਹੈ, ਕੇਂਦਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਸਰਕਾਰ ਨੇ ਸੱਦਿਆ ਤਾਂ ਸੀ ਕਿਸਾਨਾਂ ਨੂੰ ਆਪਣੇ ਨਾਲ ਗੱਲਬਾਤ ਕਰਨ ਲਈ, ਪਰ ਕਿਸਾਨ ਗੱਲਬਾਤ ਕਰਨ ਲਈ ਤਿਆਰ ਨਹੀਂ। ਕਿਉਂ ਨਹੀਂ ਤਿਆਰ, ਸੰਘਰਸ਼ ਕਿੱਥੇ ਤੱਕ ਪਹੁੰਚਿਆ, ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਕਲਾਕਾਰਾਂ ਦਾ ਇਹਦੇ ਵਿੱਚ ਕੀ ਰੋਲ ਹੈ, ਲੱਖੋਵਾਲ ਧੜੇ ਦੇ ਵੱਲੋਂ ਜੋ ਕੁਝ ਕੀਤਾ ਗਿਆ, ਫਿਰ ਬਾਅਦ ਵਿੱਚ ਪੈਂਤੜਾ ਬਦਲਣਾ ਪਿਆ, ਉਹ ਸਭ ਦੇ ਲਈ ਪਿੱਛੇ ਕਿਸ ਦੀ ਸਿਆਸਤ ਜ਼ਿੰਮੇਵਾਰ ਹੈ ਜਾਂ ਕੌਣ ਜ਼ਿੰਮੇਵਾਰ ਹੈ, ਕੀ ਇਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਕਿਸ ਤਰ੍ਹਾਂ ਦਾ ਹੋਣਾ ਸੀ, ਉਹ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਖੇਤੀ ਆਰਡੀਨੈਂਸ ਦਾ ਸੰਘਰਸ਼ ਕਿੱਥੇ ਤੱਕ ਪਹੁੰਚਿਆ, ਕਿੱਥੇ ਤੱਕ ਜਾਏਗਾ, ਉਹਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨਪਾਲ ਸਿੰਘ ਮੌਜੂਦ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕ ਕ੍ਰਾਂਤੀ। ਥੈਂਕ ਯੂ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਉਸੇ ਸਵਾਲ ਤੋਂ ਆਉਂਦਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਪੰਜਾਬ ਦੇ ਵਿੱਚ ਬੜੀਆਂ ਜਥੇਬੰਦੀਆਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਨਾਂ ਤੋਂ ਚੱਲਦੀਆਂ, ਤੁਸੀਂ ਭਾਰਤੀ ਕਿਉਂ ਲਾਇਆ? ਦੇਖੋ, ਇਹ ਗੱਲ ਸਹੀ ਹੈ ਕਿ ਭਾਰਤੀ ਕਿਸਾਨ ਯੂਨੀਅਨ ਭਾਰਤ ਪੱਧਰ 'ਤੇ ਵੀ ਬਣੀਆਂ ਹੋਈਆਂ ਨੇ ਅਤੇ ਪੰਜਾਬ 'ਚ ਵੀ ਨੇ ਜੀ। ਸਾਡਾ ਸੰਕਲਪ ਇਹ ਹੈ ਕਿ ਪੰਜਾਬ ਹੈ ਜੋ, ਪੰਜਾਬ ਅਤੇ ਭਾਰਤ ਦਾ ਇੱਕ ਡਿਫਰੈਂਸ ਹੈ, ਦੋਨੋਂ ਡਾਇਵਰਸਿਟੀ 'ਚ ਨੇ ਜੀ। ਮੈਂ ਫੋਰ ਐਗਜ਼ਾਮਪਲ ਜੇ ਮੈਨੂੰ ਪੁੱਛੋ ਤੁਸੀਂ ਕੀ ਕੌਣ ਹੋ, ਤੁਸੀਂ, ਮੈਂ ਕਹੂੰਗਾ ਪੰਜਾਬੀ ਹੈ, ਪਹਿਲਾਂ ਪੰਜਾਬੀ ਕਹਾਂਗਾ ਜੀ, ਫਿਰ ਮੈਂ ਕਹੂੰਗਾ ਜੇ ਬਾਹਰਲੇ ਮੁਲਕ 'ਚ ਗਿਆ ਤਾਂ ਮੈਂ ਭਾਰਤ ਤੋਂ ਆਇਆ, ਭਾਰਤ ਦੇਸ਼ ਤੋਂ ਆਇਆ। ਸੋ ਜਦੋਂ ਅਸੀਂ ਕਿਸਾਨ ਯੂਨੀਅਨ ਦਾ ਨਾਮ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇੱਕ ਜਥੇਬੰਦੀ ਹੈ, ਅਸੀਂ ਅਸਲ 'ਚ ਉਹਦਾ ਹਿੱਸਾ ਸੀਗੇ ਜੀ, ਉਹਦੇ ਤੋਂ ਜਦੋਂ ਅਸੀਂ ਵੱਖਰੇ ਹੋਏ ਤਾਂ ਸਾਨੂੰ ਇਹ ਡਿਸਕਸ਼ਨ ਆਈ ਸਾਡੇ ਕਿ ਭਾਰਤੀ ਕਿਸਾਨ ਯੂਨੀਅਨ ਹੀ ਰੱਖਿਆ ਜਾਵੇ। ਉਹ ਸਾਨੂੰ ਇਹ ਲੱਗਦਾ ਕਿ ਭਾਰਤ ਦੇਸ਼ ਦੇ ਅੰਦਰ ਜਿਹੜੇ ਵੱਖੋ ਵੱਖ ਭਾਸ਼ਾਵਾਂ, ਸੱਭਿਆਚਾਰਾਂ ਦੇ, ਖਿੱਤਿਆਂ ਦੇ ਲੋਕ ਨੇ, ਜਿਹਨਾਂ ਦਾ ਵੱਖ ਵੱਖ ਆਰਥਿਕ ਅਤੇ ਸੱਭਿਆਚਾਰਕ ਮਾਡਲ ਵੀ ਵੱਖ ਵੱਖ ਨੇ, ਉਹਨਾਂ ਦੇ ਅੰਦਰ ਇੱਕ ਹਿਚਕਚਾਹਟ ਹੈ। ਹਾਲੇ ਜੇ ਤੁਸੀਂ ਦੱਖਣ ਚਲੇ ਜਾਓ ਤਾਂ ਬਹੁਤ ਜ਼ਿਆਦਾ, ਉਹ ਨੌਰਥ 'ਚ ਇੱਕ ਹੱਦ ਤੱਕ ਹਿੰਦੀ
ਭਾਸ਼ੀ ਇਲਾਕਿਆਂ ਦੇ ਵਿੱਚ ਘੱਟ ਹੈ ਜੀ, ਬਾਕੀਆਂ ਜ਼ਿਆਦਾ। ਸੋ ਸਾਨੂੰ ਇਹ ਲੱਗਿਆ ਕਿ ਅਸੀਂ ਜਾਂ ਤਾਂ ਪੰਜਾਬ ਕਿਸਾਨ ਯੂਨੀਅਨ ਰੱਖੀਏ ਜੀ, ਜਾਂ ਪੰਜਾਬੀ ਕਿਸਾਨ ਯੂਨੀਅਨ ਰੱਖੀਏ ਜੀ, ਜਾਂ ਫਿਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ। ਅਸੀਂ ਇਸ ਕਰਕੇ ਰੱਖਿਆ ਕਿ ਅਸੀਂ ਸੋਚਦੇ ਸੀ ਕਿ ਭਗਤ ਸਿੰਘ ਦੇ ਅਸੀਂ ਵਾਰਸ ਹਾਂ। ਦੂਸਰਾ ਅਸੀਂ ਸੋਚਦੇ ਸੀ ਕਿ ਅਸੀਂ ਕਿਸਾਨਾਂ ਦੇ ਬਹੁਤ ਜਿਹੜੀਆਂ ਵੱਖ ਵੱਖ ਤਹਿਾਂ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਜੀ। ਤੀਸਰਾ ਅਸੀਂ ਇਹ ਸੋਚਦੇ ਸੀ ਕਿ ਅਸੀਂ ਕਿਸਾਨਾਂ ਦੇ ਬਹੁਤ ਸਾਰੇ ਉਸ ਕਿਸਮ ਦੇ ਮੁੱਦੇ, ਜ਼ਮੀਨ ਤੋਂ ਲੈ ਕੇ ਉਹਦੀ ਫਸਲ ਦੀ ਬਿਕਵਾਲੀ ਤੱਕ, ਅਤੇ ਉਹਦੇ 'ਚੋਂ ਉਹਨੂੰ ਮੁਨਾਫੇ ਹੋਣ, ਅਤੇ ਅਲਟੀਮੇਟਲੀ ਕਿਸਾਨ ਹੈ ਜਿਹੜਾ ਇਹਦੀ ਕੋਈ ਮੁਕਤੀ ਹੋਵੇ ਜੀ। ਉਹਦੇ 'ਚੋਂ ਫਿਰ ਅਸੀਂ ਇਹਦਾ ਪੰਜਾਬ ਵੀ ਅਸੀਂ ਰੱਖਿਆ, ਕਿਸਾਨ ਵੀ ਰੱਖਿਆ, ਕ੍ਰਾਂਤੀਕਾਰੀ ਵੀ ਰੱਖਿਆ, ਅਤੇ ਕ੍ਰਾਂਤੀਕਾਰੀ ਕਿਸਾਨ ਇਨਕਲਾਬੀ ਸੋਚ ਦੇ ਨਾਲ ਜਿਹੜਾ ਇਨਕਲਾਬੀ, ਮਤਲਬ ਕਿ ਇਨਕਲਾਬੀ ਸੋਚ ਜਿਹਦੇ ਵਿੱਚ ਬਿਲਕੁਲ ਯਾਨੀ ਭਾਰਤੀ ਕਿਸਾਨ ਯੂਨੀਅਨ ਦੇ ਲੋਕ, ਪਹਿਲਾਂ ਤੋਂ ਮੈਂ ਦੇਖ ਰਿਹਾ ਕਿ ਉਹਨਾਂ ਭਾਰਤੀ ਕਿਸਾਨ ਯੂਨੀਅਨ ਜਿਹੋ ਜਿਹਾ ਉਹਦਾ ਨਾਂ ਹੈ, ਉਹੋ ਜਿਹੇ ਉਹਨਾਂ ਦੇ ਕਰਮ ਨੇ ਜੀ, ਉਹੋ ਜਿਹੇ ਉਹ ਸੋਚਦੇ ਨੇ ਜੀ। ਜਿਹੜੀ ਉਹ ਬਿਲਕੁਲ ਵੀ ਦੇਸ਼ ਦੇ ਅੰਦਰ ਜਿਹੜੇ ਇਹ ਪਹਿਲੂ ਨੇ ਜਿਹੜੇ ਜੀ, ਜਾਤ ਪਾਤ ਦਾ ਮਸਲਾ ਹੈ, ਔਰਤ ਦੇ ਨਾਲ ਹੁੰਦੇ ਵਿਤਕਰੇ ਦਾ ਮਸਲਾ ਹੈ, ਵੱਖ ਵੱਖ ਕੌਮਾਂ ਦਾ ਮਸਲਾ, ਉਹਦੇ 'ਤੇ ਕੁਛ ਨਹੀਂ ਸੋਚਦੇ। ਉਦਾਹਰਣ ਦੇ ਤੌਰ 'ਤੇ ਪਾਣੀਆਂ ਦੇ ਮਸਲੇ 'ਤੇ ਅਸੀਂ ਗੱਲ ਕਰਨੀ ਹੋਵੇ, ਅਸੀਂ ਕਹਾਂਗੇ ਕਿ ਪੰਜਾਬ ਦੇ ਪਾਣੀਆਂ ਦੇ ਉੱਤੇ ਸਾਨੂੰ ਸਟੈਂਡ ਲੈਣਾ ਚਾਹੀਦਾ। ਬਿਲਕੁਲ, ਘੱਟ ਗਿਣਤੀ ਫਿਰਕੇ ਦੇ ਲੋਕ ਨੇ, ਅਸੀਂ ਇੱਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਹੂਗੀ ਕਿ ਇਹਦੇ 'ਤੇ ਸਾਨੂੰ ਸਟੈਂਡ ਲੈਣਾ ਚਾਹੀਦਾ। ਇਸ ਕਰਕੇ ਇਹ ਜਿਹੜੇ ਮਸਲੇ ਨੇ, ਔਰਤਾਂ ਦੇ ਮਸਲੇ 'ਤੇ ਸਾਡਾ ਸਟੈਂਡ ਹੈ, ਕਾਸਟ ਇਸ਼ੂ 'ਤੇ ਸਾਡਾ ਸਟੈਂਡ ਹੈ, ਇਹ ਭਾਰਤੀ ਕਿਸਾਨ ਯੂਨੀਅਨ ਦੇ ਆਮ ਤੌਰ 'ਤੇ ਲੋਕ ਇਹਨਾਂ ਚੀਜ਼ਾਂ ਤੋਂ, ਜਿਵੇਂ ਮੰਨ ਲਓ ਇੱਕ ਰੀਸੈਂਟ ਗੱਲ ਤੁਹਾਡੇ ਨਾਲ ਦੱਸ ਦਿੰਦਾ ਜੀ। ਹਾਥਰਸ ਦੇ ਵਿੱਚ ਇੱਕ ਮਰਡਰ ਹੋਇਆ ਕੁੜੀ ਦਾ, ਉਹਦੇ 'ਤੇ ਰੇਪ ਹੋ ਕੇ ਉਹਦਾ ਜਬਰ ਹੋਇਆ ਜੀ। ਸਾਡੀ ਯੂਨੀਅਨ ਇਹ ਸੋਚਦੀ ਹੈ ਕਿ ਇਹ ਸਾਡੀ ਯੂਨੀਅਨ ਨੂੰ ਮਸਲੇ ਦੇ ਤੌਰ 'ਤੇ ਇਹਦੇ 'ਤੇ ਪ੍ਰੋਟੈਸਟ ਕਰਨਾ ਚਾਹੀਦਾ ਜੀ। ਲੇਕਿਨ ਭਾਰਤੀ ਕਿਸਾਨ ਯੂਨੀਅਨ ਜਿਹੜੀਆਂ ਉਹ ਵੱਖੋ ਵੱਖ ਇਸ ਕਿਸਮ ਦੀਆਂ ਨੇ, ਜਿਹੜੇ ਉਹ ਕਹਿੰਦੇ ਵੀ ਸਿਰਫ ਕਿਸਾਨਾਂ ਦੇ ਮਸਲੇ 'ਤੇ ਸਾਨੂੰ ਬੋਲਣਾ, ਕੋਈ ਡੈਮੋਕ੍ਰੈਟਿਕ ਇਸ਼ੂ 'ਤੇ ਸਾਨੂੰ ਕੋਈ ਬੋਲਣ ਦੀ ਜ਼ਰੂਰਤ ਨਹੀਂ ਹੈਗੀ। ਅੱਗੇ ਜਿਵੇਂ ਅਸੀਂ ਰੈਜ਼ੋਲਿਊਸ਼ਨ ਪਾਇਆ, ਹਰਿਆਣੇ ਦੇ ਕਿਸਾਨਾਂ 'ਤੇ ਜ਼ਬਰ ਹੋਇਆ, ਅੱਜ ਅਸੀਂ 2 ਘੰਟੇ ਦਾ ਜਾਮ ਕੀਤਾ ਜੀ। ਲੇਕਿਨ ਸੱਚੀ ਤੁਹਾਨੂੰ ਦੱਸਦਾ ਕਿ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਇਹਦੇ 'ਤੇ, ਮਤਲਬ ਕਿ ਈਵਨ ਰੈਜ਼ੋਲਿਊਸ਼ਨ ਇੱਕ ਪਾਇਆ ਜਾਵੇ ਇਹਦੇ ਵਾਸਤੇ ਵੀ ਉਹਨਾਂ ਦੀ ਅੰਡਰਸਟੈਂਡਿੰਗ ਨਹੀਂ ਬਣਦੀ। ਸੋ ਇਸ ਕਰਕੇ ਮੈਂ ਸੋਚਦਾ ਕਿ ਸਾਡੀ ਵਿਜ਼ਨ ਹੈ ਜਿਹੜੀ, ਉਹ ਵਿਜ਼ਨ ਥੋੜ੍ਹੀ ਦੂਰਦ੍ਰਿਸ਼ਟੀ ਵਾਲੀ ਹੈ। ਅਸੀਂ ਚੀਜ਼ਾਂ ਨੂੰ ਐਜ਼ ਏ ਹੋਲਿਸਟਿਕ ਦੇਖਦੇ ਹਾਂ, ਪੂਰੀ ਸੂਰਜ 'ਚ ਦੇਖਦੇ ਹਾਂ, ਉਹ ਇਕੱਲੇ ਇੱਕ ਜਿਵੇਂ ਟਿਊਬੂਲਰ ਵਿਜ਼ਨ ਹੁੰਦੇ ਇੰਨਾ ਕੀ ਦੇਖਦਾ, ਜਿਹੜਾ ਜਿਵੇਂ ਡੱਡੂ ਨੂੰ ਸਿਰਫ ਉਨਾ ਕੀ ਅਸਮਾਨ ਦੇਖਦਾ। ਅਸੀਂ ਮਤਲਬ ਕਿ ਸਾਰੇ ਸਮਾਜ ਦੇ ਵੱਖੋ ਵੱਖ ਜਿਹੜੀਆਂ ਚੀਜ਼ਾਂ ਨੇ, ਕਿਸਾਨੀ ਦੇ ਮਸਲੇ ਸਾਡੇ ਲਈ ਮੁੱਖ ਨੇ, ਅਸੀਂ ਉਹਨਾਂ 'ਤੇ ਹੀ ਲੜਦੇ ਹਾਂ, ਉਹਨਾਂ ਦਾ ਹੀ ਸੰਗਠਨ ਕਰਦੇ ਹਾਂ। ਲੇਕਿਨ ਇਹ ਨਹੀਂ ਹੈ ਕਿ ਮੇਰੇ ਗੁਆਂਢ ਦੇ ਵਿੱਚ ਕਿਸੇ ਦਲਿਤ ਨਾਲ ਕੋਈ ਧੱਕਾ ਹੋ ਜਾਵੇ ਫਿਰ ਮੈਂ ਕਿਸਾਨੀ ਦਾ ਮਸਲਾ ਕਰੂੰਗਾ ਜੀ, ਜਾਂ ਔਰਤਾਂ ਦੇ ਨਾਲ ਕੋਈ ਵਿਤਕਰਾ ਹੋਈ ਜਾਵੇ ਮੈਂ ਕਿਸਾਨੀ ਦੀ ਗੱਲ ਕਰੂੰਗਾ। ਸੋ ਇਸ ਕਰਕੇ ਥੋੜ੍ਹਾ ਜਿਹਾ, ਇਸ ਕਰਕੇ ਪਾਰਟੀ ਦਾ ਨਾਮ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਬ੍ਰੋਡਰ ਪਰਸਪੈਕਟਿਵ ਥੋੜ੍ਹਾ ਜਿਹਾ ਐਂ ਕਹਿ ਲਓ ਕਿ ਭਾਰਤੀ ਕਿਸਾਨ ਯੂਨੀਅਨ ਨਾਲੋਂ ਹਟ ਕੇ ਥੋੜ੍ਹਾ ਵਧਵਾ ਰੱਖਿਆ ਜੀ। ਹੁਣ ਜੇ ਆਪਾਂ ਮਸਲੇ ਦੀ ਗੱਲ ਕਰੀਏ, ਜਦੋਂ ਮੁੱਖ ਮੰਤਰੀ ਸਾਹਿਬ ਨੇ ਪਿੱਛੇ ਜੇ 31 ਕਿਸਾਨ ਜਥੇਬੰਦੀਆਂ ਦੀ ਬੈਠਕ ਸੱਦੀ ਸੀ, ਤੁਸੀਂ ਵੀ ਉੱਥੇ ਗਏ ਸੀ, ਉਹਦੇ ਵਿੱਚ ਤੁਸੀਂ ਵੀ ਸ਼ਾਮਿਲ ਹੋਏ ਸੀ, ਕੀ ਮੁੱਦਾ ਰੱਖਿਆ ਤੁਸੀਂ ਉੱਥੇ, ਕੈਪਟਨ ਸਾਹਿਬ ਦੇ ਨਾਲ ਗੱਲਬਾਤ ਹੋਈ, ਕੀ ਕੁਝ ਸਵਾਲ ਹੋਏ? ਦੇਖੋ, ਮੁੱਖ ਮੰਤਰੀ ਨੇ ਸਾਡੀ ਬੈਠਕ ਬੁਲਾਈ ਸੀ, ਅਸੀਂ ਉਸ ਤੋਂ ਪਹਿਲਾਂ 31 ਕਿਸਾਨ ਜਥੇਬੰਦੀਆਂ ਨੇ ਇੱਕ ਐਂ ਕਹਿ ਲਓ ਕਿ ਅਸੀਂ ਇੱਕ ਅਸੀਂ ਮਤਾ ਪਕਾਇਆ ਸੀ ਜਾਂ ਇੱਕ ਫੈਸਲਾ ਕੀਤਾ ਸੀ। ਉਹ ਫੈਸਲਾ ਇਹ ਸੀ, ਸਾਡੇ ਅੰਦਰ ਇੱਕ ਅੰਡਰਸਟੈਂਡਿੰਗ ਸੀ ਅਤੇ ਅੱਜ ਵੀ ਹੈ ਕਿ ਅਗਰ ਅਸੈਂਬਲੀ ਕੇਂਦਰ ਦੇ ਕਿਸੇ ਕੀਤੇ ਹੋਏ ਫੈਸਲੇ ਨੂੰ ਜਾਂ ਉਹਦੇ ਆਰਡੀਨੈਂਸ ਨੂੰ ਜਾਂ ਉਹਦੇ ਐਕਟ ਨੂੰ ਅਸੈਂਬਲੀ ਕੋਈ ਉਹ 'ਤੇ ਮਤਾ ਲੈ ਲੈਂਦੀ ਹੈ, ਉਹਨੂੰ ਰੱਦ ਕਰ ਦਿੰਦੀ ਹੈ, ਤਾਂ ਉਹ ਲਟਕ ਸਕਦੀ ਹੈ ਚੀਜ਼, ਉਹ ਲਟਕ ਸਕਦੀ ਇਸ ਤਰੀਕੇ ਨਾਲ ਹੈ ਵੀ ਫਿਰ ਉਹਨੂੰ ਸੁਪਰੀਮ ਕੋਰਟ ਜਾਣਾ ਪਊਗਾ ਕੇਂਦਰ ਨੂੰ। ਜਿਵੇਂ ਸਾਡੇ ਕੁਛ ਕਿਸਾਨ ਆਗੂਆਂ ਨੇ ਉਦਾਹਰਣ ਦਿੱਤੀ ਕਿ ਜਿਵੇਂ ਸਤਲੁਜ ਯਮੁਨਾ ਲਿੰਕ ਦਾ ਜਾਂ ਪਾਣੀਆਂ ਦੇ ਮਸਲੇ 'ਤੇ ਹੋਇਆ, ਇਹ ਕਿੰਨਾ ਠੀਕ ਹੈ ਕਿੰਨਾ ਗਲਤ ਹੈ, ਹਾਲੇ ਅਸੀਂ ਕੁਛ ਵਕੀਲਾਂ ਨਾਲ ਇਹ 'ਤੇ ਗੱਲ ਕਰ ਰਹੇ ਹਾਂ, ਪਰ ਅਸੀਂ ਸਭ ਤੋਂ ਵੱਡੀ ਗੱਲ ਪਹਿਲੀ ਗੱਲ ਇਹੀ ਰੱਖੀ ਸੀ ਅਮਰਿੰਦਰ ਸਿੰਘ ਜੀ ਉਹਨਾਂ ਨਾਲ ਕਿ ਤੁਸੀਂ ਆਪਣੇ ਅਸੈਂਬਲੀ ਦੇ ਅੰਦਰ ਸਪੈਸ਼ਲ ਸੈਸ਼ਨ ਬੁਲਾ ਕੇ ਤੁਸੀਂ ਇਹਦੇ 'ਤੇ ਮਤਾ ਪਾਸ ਕਰੋ। ਉਹਨਾਂ ਨੇ ਸਾਡੇ ਨਾਲ ਸਹਿਮਤੀ ਦਿੱਤੀ ਸੀ ਕਿ ਹਾਂ ਮੈਂ ਹਫ਼ਤੇ ਦੇ ਅੰਦਰ ਅੰਦਰ ਇਸ 'ਤੇ ਕਰਦਾ। ਉੱਥੇ ਉਹਨਾਂ ਨੇ ਕਾਂਗਰਸ ਦੇ ਬਹੁਤ ਸਾਰੇ ਹੋਰ ਵੀ ਕਹਿ ਲਓ ਕਿ ਉਹਨਾਂ ਦੇ ਮੰਤਰੀ ਸੀ, ਜਾਖੜ ਸੀ, ਪੰਜਾਬ ਦੇ ਇੰਚਾਰਜ ਸੀ ਮਿਸਟਰ ਰਾਵਤ, ਸੋ ਉਹਨਾਂ ਨੇ ਕਿਹਾ ਸਾਨੂੰ ਇਹ। ਹੁਣ ਰੱਬ ਜਾਣੇ ਕਿਉਂ ਕੋਈ ਕਾਨੂੰਨੀ ਅੜਚਣ ਅੱਛੀ ਅੜੀ ਹੋਈ ਹੈ, ਕੋਈ ਵਿਧਾਨਕ ਅੜਚਣ ਅੱਛੀ ਅੜੀ ਹੋਈ ਹੈ, ਜਾਂ
उन्होंने जानबूझ के कोई पहलकदमी इतने नहीं की सानू वादा करके भी ये अलग गल है। कैप्टन साहब का बयान भी तो आया कल परसों, उन्होंने कहा कि किसानों जो सानू धक्का नहीं करना चाहिए इस चीज़ को लेकर, असं जिमें विधानसभा सैशन सदना उदा ही सदा कोई दबाव ना बनाया जाए इस चीज़ को लेकर। दबाव यह नहीं बनाया, असी दबाव यह बनाया, असं बयान दिता सी कि साडे नाल जो तुसीं वादा किया हफ्ते का तो एक हफ्ता होर दे रहे हैं असं ये करो हूँ। ये जी गलबात हुई है जो मैं थोड़ा जा तुसी पहला सवाल किया अगे कर रहा नाल, असी कैप्टन साहब नूं ये कहा कि असी पंजाब दे अंदर संघर्ष करने जा रहे हैं। 29 तरीक नूं मीटिंग हुई है, 29 सितंबर नूं 1 अक्तूबर तो 24 तरीक तो पहला ही कुछ जथेबंदियां ने रेलां रोकिया हुई सी। असी 1 अक्तूबर तो यह ऐलान किया कि असी रेलां रोक रहे हैं पूरे पंजाब दे अंदर। वन असी बीजेपी के लीडर के उन्होंने चुने तो जोड़े उन्होंने व्डे आगू ने उन्होंने घराओ कर रहे हैं, उन्होंने बाइकाट कर रहे हैं वख वख रूपां असी कारपोरेट घराणिया खास करके अडानी तो अंबानी के जो भी इतने ट्रेड है जो भी इतने उन्होंने सेवावान भी ने सेवावान तो उन्होंने ट्रेड के उत्ते असी अंकुश लाने के वास्ते प्रोग्राम कर रहे हैं सारे पंजाब। लेटर असी टोल प्लाजा वाला भी उठा लिया वो तो ये असं उन्होंने जानकारी दी, उन्होंने कहा हाँ ठीक है तुहाडा है प्रोग्राम लिख के तुसी करना है तुसी करना ही है, तो तुसी मैनू आह काम कह चले हो ये मेरी जिम्मेवारी हुण कर जी ओके चलो ये तो कुछ कोई 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 पत्रकार ये समझ सकते हैं भी पता नहीं इन्होंने हुण कांग्रेस नाल जां पंजाब सरकार नाल कोई झगड़ा करना। मैं गल इत्थे क्लीयर करनी चाहुंदा कि साड़ी अज भी मुख लड़ाई प्रिंसीपल संघर्ष है जड़ा बुनियादी तौर पर कह लो वो साड़ा अज भी केंद्र सरकार नाल है, क्योंकि केंद्र सरकार जड़ी है वह कल्ले किसानां दी गल नहीं है, उन्हें देश के बहुत सारे इस किस्म के लोगों नाल मजदूरां नाल किसानां नाल बहुत सारे ऐसे फैसले किए ने जिहड़े उन्होंने हितों के उत्ते बहुत वड्डे हमले ने जी। नाल पंजाब दे नाल जोड़ के अगर असी इहदी गल करदे आ इस कानून की गल करदे आ तां इहदे च पंजाब दे अपने मिले हुए जिहड़े विधानक अधिकार ने कह लो भी जिहड़े कनकरेंट लिस्ट दे नां दे उत्ते स्टेट लिस्ट है जिहड़ी उहदे अधिकारां दे उत्ते भी छापा केंद्र सरकार जिहड़ी मार रही है। तुहानूं यकीन है कि पंजाब सरकार इहदे उत्ते कोई ना कोई सख्त एक्शन लै सकदी है, क्योंकि हुण तां मुख्यमंत्री साहब ने यह भी कहता कि रेलां जिहड़ियां रोकियां उत्थों भी किसान पासे हो जाण, उहदे नाल कितें इह कहिंदे पंजाब 'च नेरा ना छा जाए बिजली संकट कितें पैदा ना हो जाए, इस तरह के फैसले लैने पहला विधानसभा सैशन नूं लैके तजर्बा है जिहड़ा मैनूं इह लगदा कि कैप्टन साहब लई औखा काम है। इस लई औखा है कि कैप्टन साहब कल्ले नहीं है, कैप्टन साहब की पूरी पार्टी है, पूरे उन्हां दे राहुल गांधी इत्थे ट्रैक्टर मार्च करके गए ने, पूरे भारत दे विच उन्हां ने कोई पोजिशनां लईआं होईआं ने। सो ये कौड़ा कुट भरना उन्होंने बहुत औखा है, नहीं कर मतलब आस कोई नहीं, आस कोई नहीं केंद्रीय लीडरशिप नूं उन्होंने भी तो पूछना पैना जाके राहुल गांधी सोनिया गांधी तो पूछना पैना कि कुछ करिए पंजाब च। उन्होंने असल च जिहड़ी पंजाब दी हुण दल ने चाहे कांग्रेस है अकाली ने आम आदमी पार्टी है, असल च पंजाब दे तमाम फोर्सेस नूं केंद्र सरकार ते अपने किसान जिहड़े पंजाब दे साडे आर्थिकता दी रीढ़ दी हड्डी ने जिन्हां ने देश नूं अनाज दे संकट चों कढ़िया देश नूं अकालां तों बाहर लैके आंदा उन्हां लई अज पंजाब दे बच्चे बच्चे नूं पंजाब दे हर विचारां ते दलगत राजनीति तों उपर उठ के उहदी सपोर्ट दे विच खड़ जाणा चाहीदा, उहदे इकट्ठे हो इक दूसरे नूं गालां देण दी लोड़ नहीं। जदों डॉक्टर साहब तुहाडी कैप्टन साहब नाल मुलाकात होई उत्थे लखोवाल तुहाडा भी मौजूद सी? हाँ उत्थे लखोवाल ਤੁਹਾਡਾ ਮੌਜੂਦ ਸੀਗਾ ਜੀ, ਕਿਉਂਕਿ ਉਦੋਂ ਤੱਕ ਲਖੋਵਾਲ ਸਾਹਿਬ ਦੀ ਜਿਹੜੀ ਪੋਜੀਸ਼ਨ ਸੀ ਉਹ ਸਾਡੇ ਨਾਲ ਹੀ ਸੀ, ਉਹਨਾਂ ਦੇ ਜਿਹੜੇ ਜਨਰਲ ਸੈਕਟਰੀ ਨੇ ਲਖੋਵਾਲ ਅਜਮੇਰ ਸਿੰਘ ਲਖੋਵਾਲ ਸਾਹਿਬ ਦਾ ਬੇਟਾ ਹੀ ਹੈ ਹਰਿੰਦਰ ਲਖੋਵਾਲ, ਉਹ ਸਾਡੇ ਉੱਥੇ ਸ਼ਾਮਿਲ ਸੀਗੇ ਮੀਟਿੰਗ 'ਚ ਸ਼ਾਮਿਲ ਸੀਗੇ। ਬੇਸ਼ੱਕ ਅਸੀਂ ਬੋਲਣ ਦੀ ਬਲਕਿ ਪ੍ਰੈਜੈਂਟ ਕਰਨ ਦੀ ਜ਼ਿੰਮੇਵਾਰੀ ਸਾਡੀ ਤਿੰਨ ਜਣਿਆਂ ਦੀ ਸੀ, ਰਾਜੇਵਾਲ ਮੇਰੀ ਅਤੇ ਬੂਟਾ ਸਿੰਘ ਬੁਰਜਗਿੱਲ ਦੀ, ਅਤੇ ਚੌਥੀ ਸੀ ਆਪਣੇ ਡੱਲੇਵਾਲ ਅਤੇ ਰਾਜੇਵਾਲ, ਅਤੇ ਸਾਡੇ 'ਚੋਂ ਸੀਗੇ ਅਸੀਂ ਮੈਂ ਬੂਟਾ ਸਿੰਘ ਬੁਰਜਗਿੱਲ ਅਤੇ ਆਪਣਾ ਝੰਡਾ ਸਿੰਘ ਜੇਠੂ। ਅਤੇ ਬਾਅਦ ਦੇ ਵਿੱਚ ਕੀ ਹੋਇਆ ਕਿ ਲਖੋਵਾਲ ਸਾਹਿਬ ਨੂੰ ਉੱਥੇ ਸੁਪਰੀਮ ਕੋਰਟ ਜਾਣਾ ਪਿਆ, ਫਿਰ ਵਾਪਸ ਆ ਕੇ ਕੋਈ ਸਿਆਸੀ ਕਿਤੋਂ ਮਨਸ਼ਾ ਮਿਲੀ, ਕੋਈ ਪਿੱਛੋਂ ਕਿਸੇ ਨੇ ਕਿਹਾ ਕਿ ਆਪਣੇ ਤੌਰ 'ਤੇ ਚਲੇ ਗਏ ਬਿਨਾਂ ਪੁੱਛੇ? ਦੇਖੋ ਖਬਰ ਮਿਲੀ ਸਾਨੂੰ ਸਵੇਰੇ ਕਿ ਲਖੋਵਾਲ ਸਾਹਿਬ ਸੁਪਰੀਮ ਕੋਰਟ ਚਲੇ ਗਏ। ਇਹਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਲਖੋਵਾਲ ਸਾਹਿਬ ਜਿਹੜੇ ਸੁਪਰੀਮ ਕੋਰਟ ਗਏ ਨੇ ਅਚਾਨਕ ਨਹੀਂ ਵਾਪਰਿਆ ਇਹ ਜੀ, ਲਖੋਵਾਲ ਸਾਹਿਬ ਕਦੇ ਅਕਾਲੀਆਂ ਅਤੇ ਬੀਜੇਪੀ ਦੀ ਸਰਕਾਰ ਵੇਲੇ ਖੁਦ
ਮੰਡੀ ਬੋਰਡ ਦੇ ਚੇਅਰਮੈਨ ਰਹੇ ਨੇ ਜੀ, ਸਟੇਟ ਮਿਨਿਸਟਰ ਦਾ ਅਹੁਦਾ ਹੁੰਦਾ ਉਹ, ਬਹੁਤ ਵੱਡੀ ਉਹ ਪਦਵੀ ਹੁੰਦੀ ਹੈ। ਇੱਕ ਦੂਸਰਾ ਇਹ ਹੈ ਕਿ ਰਕੇਸ਼ ਟਿਕਾਇਤ, ਮਹਿੰਦਰ ਸਿੰਘ ਟਿਕਾਇਤ ਦਾ ਬੇਟਾ ਜੀ, ਜੋ ਇਹਨਾਂ ਦਾ ਨੈਸ਼ਨਲ ਪ੍ਰੈਜ਼ੀਡੈਂਟ ਹੈ, ਉਹ ਜਿਸ ਦਿਨ ਅਸੀਂ ਮੀਟਿੰਗ ਕਰ ਰਹੇ ਸੀ, ਹੁਣ ਪ੍ਰੈਜ਼ੈਂਟ ਮੀਟਿੰਗ ਕੀਤੀ ਅਸੀਂ 7 ਤਰੀਕ ਨੂੰ ਜੀ ਚੰਡੀਗੜ੍ਹ, ਉਸ ਤੋਂ ਇੱਕ ਦਿਨ ਪਹਿਲਾਂ ਆਪਣੇ ਸੁਰਜੀਤ ਜਿਆਣੀ ਜੀ, ਸੁਰਜੀਤ ਕੁਮਾਰ ਜਿਆਣੀ, ਜਿਹੜੇ ਬੀਜੇਪੀ ਨੇ ਇੱਕ ਕਮੇਟੀ ਬਣਾਈ ਹੈ ਕਿਸਾਨਾਂ ਵਾਸਤੇ, ਉਹਦੇ ਮੇਨ ਲੀਡਰ ਨੇ, ਮੁੱਖ ਨੇ ਉਹ ਜੀ, ਉਹਦੇ ਨਾਲ ਉਹਨਾਂ ਦੀ ਮੁਲਾਕਾਤ ਦੀ ਖਬਰ ਛਪਦੀ ਹੈ 7 ਤਰੀਕ ਨੂੰ। ਬਿਲਕੁਲ ਸਰ। ਸੋ ਮਤਲਬ ਕਿ ਸਾਨੂੰ ਇਹ ਲੱਗਦਾ ਹੈ ਕਿ ਹਮੇਸ਼ਾ ਹੁੰਦਾ ਆਇਆ ਇਹ ਕਿ ਜਦੋਂ ਹੀ ਕੋਈ ਧਿਰਾਂ ਲੜਦੀਆਂ ਨੇ, ਉਹਦੇ 'ਚ ਕੁਛ ਧਿਰਾਂ ਐਸੀਆਂ ਹੁੰਦੀਆਂ ਜਿਹੜੀਆਂ ਰਾਜ ਸੱਤਾ ਦੇ ਨਾਲ ਪਰਦੇ ਦੇ ਪਿੱਛੇ ਕੁਛ ਨਾ ਕੁਛ ਹੋਬ ਨੋਬਿੰਗ ਕਰਦੀਆਂ ਰਹਿੰਦੀਆਂ ਨੇ। ਸਾਨੂੰ ਇਹ ਲੱਗਦਾ ਹੈ ਕਿ ਰਕੇਸ਼ ਟਿਕੈਤ ਅਤੇ ਲੱਖੋਵਾਲ ਸਾਹਿਬ ਦਾ ਪੁਰਾਣਾ ਜੋ ਉਹਨਾਂ ਨੇ ਬੀਜੇਪੀ ਅਤੇ ਅਕਾਲੀਆਂ ਨਾਲ ਜੋ ਮੋਹ ਰਿਹਾ, ਉਹ ਮੋਹ ਜਿਹੜਾ ਉਹਨਾਂ ਨੂੰ ਅਤੇ ਟਿਕੈਤ ਦਾ ਉੱਧਰ ਉੱਪਰ ਵੀ ਜੋ ਮੈਨੂੰ ਲੱਗਦਾ ਕਿ ਬੀਜੇਪੀ ਦੇ ਜਿਹੜੇ ਸਟਾਲਵਾਰਡਸ ਨੇ ਉਹਨਾਂ ਨੂੰ ਮਿਲਦੇ ਰਹਿੰਦੇ ਹੋਣੇ ਉਹ, ਜਾਂ ਉਹਨਾਂ ਨਾਲ ਲਿੰਕ ਹੋਊਗਾ ਜ਼ਰੂਰ। ਅੱਜ ਕੱਲ੍ਹ ਉਹਨਾਂ ਦੀ ਯੂਪੀ ਦੇ ਵਿੱਚ ਸਰਕਾਰ ਵੀ, ਔਰ ਮੈਨੂੰ ਤਾਂ ਪਿੱਛੇ ਜੇ ਵੀ ਪਤਾ ਲੱਗਿਆ ਸੀ ਕਿ ਯੂਪੀ ਦੇ ਚੀਫ ਮਿਨਿਸਟਰ ਨੂੰ ਮਿਲੇ ਨੇ ਉਹ, ਹਾਲਾਂਕਿ ਮੇਰੇ ਕੋਲ ਅਥੈਂਟਿਕ ਨਹੀਂ, ਬਟ ਮੈਨੂੰ ਦਿੱਲੀ ਤੋਂ ਕਿਸੇ ਨੇ ਇੱਕ ਰਿਪੋਰਟ ਕੀਤੀ ਸੀ ਕਿ ਟਿਕੈਤ ਦਾ ਬੇਟਾ ਰਕੇਸ਼ ਟਿਕੈਤ, ਬਹੁਤ ਵੱਡੇ, ਤੁਸੀਂ ਨਹੀਂ ਜਾਣਦੇ ਹੋਣੇ, ਮਹਿੰਦਰ ਸਿੰਘ ਟਿਕੈਤ ਹਿੰਦੁਸਤਾਨ ਦੀ ਕਿਸਾਨ ਲਹਿਰ ਦਾ ਬਹੁਤ ਵੱਡੇ ਕੱਦ ਵਾਲਾ ਲੀਡਰ ਰਿਹਾ, ਉਹਦਾ ਬੇਟਾ ਹੀ ਨੇ ਦੋ ਹੀ, ਰਕੇਸ਼ ਟਿਕੈਤ ਅਤੇ ਨਰੇਸ਼ ਟਿਕੈਤ, ਜਿਵੇਂ ਲੱਖੋਵਾਲ ਸਾਹਿਬ ਦਾ ਬੇਟਾ ਹੁਣ ਜਨਰਲ ਸੈਕਟਰੀ ਆ। ਸੋ ਰਕੇਸ਼ ਟਿਕੈਤ ਅਗਰ ਯੂਪੀ ਦੇ ਚੀਫ ਮਿਨਿਸਟਰ ਨੂੰ ਮਿਲਿਆ, ਅਗਰ ਉਹ ਦਿੱਲੀ ਦੇ ਵਿੱਚ ਉਹਨਾਂ ਨੂੰ ਮਿਲਿਆ, ਫਿਰ ਪੰਜਾਬ 'ਚ ਅੱਗੇ ਜਾਣੇ ਨੂੰ ਮਿਲਿਆ, ਤਾਂ ਸਾਨੂੰ ਇਹ ਲੱਗਦਾ ਵੀ ਇਹ ਰਿੱਟ ਪਾਉਣ ਦੇ, ਇਹ ਪਟੀਸ਼ਨ ਪਾਉਣ ਦੇ ਪਿੱਛੇ ਕਿਤੇ ਨਾ ਕਿਤੇ ਇਹ ਜਿਹੜਾ ਨੈਕਸਸ ਹੈ, ਪਟੀਸ਼ਨ ਦਾਖਲ ਹੋ ਜਾਂਦੀ ਤਾਂ ਸਟੇਟ ਕੋਲ ਤਾਂ ਇਹ ਬਹਾਨਾ ਜਾਣਾ ਸੀ, ਤੁਹਾਡਾ ਸਬ ਜੁਡੀਸ਼ੀਅਲ ਮੈਟਰ, ਤੁਸੀਂ ਛੱਡੋ ਲੜਾਈ, ਛੱਡੋ ਤੁਸੀਂ, ਜੇ ਉਸ ਪਟੀਸ਼ਨ ਦੇ ਕੋਈ ਫੈਸਲਾ ਆ ਜਾਂਦਾ ਫਿਰ ਵੀ ਫਸ ਜਾਣਾ ਸੀ। ਸੁਪਰੀਮ ਕੋਰਟ ਤਾਂ ਸਭ ਤੋਂ ਉੱਪਰ ਹੈ, ਜੇ ਸੁਪਰੀਮ ਕੋਰਟ ਫੈਸਲਾ ਤੁਹਾਡੇ ਹੱਕ 'ਚ ਦੇ ਦਿੰਦਾ ਤਾਂ ਤੁਸੀਂ ਜਿੱਤ ਗਏ, ਅਤੇ ਤੁਹਾਡੇ ਵਿਰੋਧ ਦਿੰਦਾ ਤਾਂ ਤੁਸੀਂ ਕੀ ਕਰ ਸਕਦੇ ਹੋ। ਇਹ ਤਾਂ ਵੱਡੇ ਵੱਡੇ ਫੈਸਲੇ ਆਪਣੇ ਪਿਛਲੇ ਦਿਨਾਂ 'ਚ ਹੋ ਗਏ, ਰਾਮ ਮੰਦਰ ਦਾ ਫੈਸਲਾ ਹੋ ਗਿਆ, ਕਿੰਨੇ ਫੈਸਲੇ ਹੋ ਗਏ ਇਹਦੇ 'ਤੇ। ਬਿਲਕੁਲ। ਸੋ ਸੁਪਰੀਮ ਕੋਰਟ ਦੀ ਪਟੀਸ਼ਨ ਪਾਉਣਾ ਉਹਨਾਂ ਦੀ ਗਲਤੀ ਸੀ ਬਹੁਤ ਵੱਡੀ, ਇਹ ਉਹਨਾਂ ਨੇ ਉਹ ਵਾਪਸ ਕਹਿੰਦੇ ਸੀ ਲੈ ਲਈ, ਲੇਕਿਨ ਕਿਸਾਨ ਜਥੇਬੰਦੀਆਂ ਜਿਹਦੇ ਵਿੱਚ ਉਹ ਕੰਮ ਕਰਦੇ ਸੀ, ਉਹਨਾਂ ਨੇ ਲੱਖੋਵਾਲ ਸਾਹਿਬ ਨੂੰ ਆਪਣੀ ਉਸ ਫੋਰਮ ਦੀ ਮੈਂਬਰਸ਼ਿਪ ਤੋਂ ਸਸਪੈਂਡ ਕਰਤਾ, ਔਰ ਉਹਨਾਂ ਨੂੰ ਇਹ ਕਹਿਤਾ ਕਿ ਤੁਸੀਂ ਕਿਸੇ ਵੀ ਸਾਡੀ ਮੀਟਿੰਗ ਜਾਂ ਸਰਕਾਰ ਨਾਲ ਮੀਟਿੰਗ ਦੀ ਉਸ ਮੀਟਿੰਗ ਦਾ ਹਿੱਸਾ ਨਹੀਂ ਬਣੋਗੇ। ਮਤਲਬ ਕਿ ਲੱਖੋਵਾਲ ਸਾਹਿਬ ਦਾ ਬਾਈਕਾਟ ਕਰਤਾ ਇੱਕ ਤਰੀਕੇ ਨਾਲ ਕਿ ਸਾਡੇ ਨਾਲ ਆਉਂਦੇ। ਜਥੇਬੰਦੀਆਂ ਨੇ ਵੀ ਚੰਡੀਗੜ੍ਹ ਮੀਟਿੰਗ ਦੇ ਵਿੱਚ ਇਹ ਰੈਜ਼ੋਲਿਊਸ਼ਨ ਪਾਸ, ਸੇਮ ਰੈਜ਼ੋਲਿਊਸ਼ਨ ਜਿਹੜਾ 13 ਨੇ ਕੀਤਾ ਸੀ ਉਹੀ ਪਾਸ ਕਰਤਾ ਕਿ ਲੱਖੋਵਾਲ ਸਾਹਿਬ ਸਾਡੇ ਹੁਣ ਫੋਰਮ ਦਾ ਹਿੱਸਾ ਨਹੀਂ ਹੈਗੇ 31 ਦਾ। ਹੁਣ ਇਹ ਦੱਸੋ ਕਿ ਕੇਂਦਰ ਨੂੰ ਮਨਾ ਕਿਉਂ ਕੀਤਾ, ਕੇਂਦਰ ਨੇ ਪਹੁੰਚ ਕੀਤੀ ਕਿ ਜਥੇਬੰਦੀਆਂ ਆ ਕੇ ਸਾਡੇ ਨਾਲ ਗੱਲਬਾਤ ਕਰਨ? ਉਹਦੇ ਦੇਖੋ ਕੇਂਦਰ ਸਰਕਾਰ ਨੇ ਨਾ ਸਾਨੂੰ ਬੜਾ ਇੱਕ ਤਰ੍ਹਾਂ ਦਾ ਜਿਵੇਂ ਮਖੌਲ ਕੀਤਾ। ਮਖੌਲ ਕੀ ਕੀਤਾ ਵੀ ਤੁਸੀਂ ਸਾਰੇ ਪੰਜਾਬ ਦੀ ਸਟਰਗਲ, ਮੈਂ ਮਤਲਬ ਕਿ ਉਸਦਾ ਜਵਾਬ ਦੇਣ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਕਿ ਪੂਰੇ ਦੇਸ਼ ਦੇ ਅੰਦਰ ਕਿਸਾਨਾਂ ਦਾ ਇੱਕ ਅੰਦੋਲਨ ਚੱਲ ਰਿਹਾ। ਅਸੀਂ 25 ਤਰੀਕ ਦੇ ਬੰਦ ਦਾ ਸੱਦਾ ਦਿੱਤਾ ਨੂੰ ਪੂਰੇ ਪੰਜਾਬ ਦੀਆਂ ਕਿਸਾਨ, ਹਿੰਦੁਸਤਾਨ ਦੀ, ਭਾਰਤ ਦੀਆਂ ਜਥੇਬੰਦੀਆਂ ਨੇ ਅਪਣਾ ਲਿਆ, ਅਤੇ ਪੂਰੇ ਦੇਸ਼ ਦੇ ਅੰਦਰ ਕਿਸਾਨਾਂ ਦੇ ਪ੍ਰਤੀਰੋਧ, ਮਾਰਚ ਹੋਏ, ਕਈ ਜਗ੍ਹਾ ਬੰਦ ਵੀ ਹੋਏ। ਇਹ ਕਿਸਾਨ ਅੰਦੋਲਨ ਜਿਹੜਾ ਪੂਰੇ ਦੇਸ਼ ਦੇ ਲੋਕਾਂ ਦੇ ਸੋਚ ਦਾ ਅਤੇ ਪੂਰੇ ਦੇਸ਼ ਦੇ ਲੋਕਾਂ ਦੇ ਇਹ ਕਹਿ ਲਓ ਵੀ ਸਮਝਣ ਦਾ ਰੀੜ੍ਹ ਦੀ ਹੱਡੀ ਬਣਿਆ ਹੋਇਆ, ਉਸ ਅੰਦੋਲਨ ਨੂੰ ਕੇਂਦਰ ਸਰਕਾਰ ਨੇ ਕੀ ਕੀਤਾ ਕਿ ਇੱਕ ਸੈਕਟਰੀ ਦੀ ਚਿੱਠੀ ਆ ਗਈ ਮੇਰੇ ਨਾਮ 'ਤੇ ਆ ਗਈ ਕਿ ਕਿਸੇ ਹੋਰ ਦੇ ਨਾਮ 'ਤੇ ਆ ਗਈ, ਸੈਕਟਰੀ ਖੇਤੀਬਾੜੀ ਮੰਤਰੀ ਦੀ, ਮੰਤਰਾਲੇ ਦੀ, ਕਿ ਮੈਂ ਤੁਹਾਨੂੰ ਬੁਲਾਉਣਾ ਚਾਹੁੰਦਾ ਇੱਥੇ, ਤੁਸੀਂ ਆਓ 19 ਤਰੀਕ ਨੂੰ, 8 ਤਰੀਕ ਨੂੰ ਕ੍ਰਿਸ਼ੀ ਭਵਨ ਦੇ ਵਿੱਚ ਆਪਾਂ ਫਲਾਣੇ ਕਮਰੇ 'ਚ ਬੈਠ ਕੇ ਇੱਕ ਸੈਮੀਨਾਰ ਕਾਨਫਰੰਸ ਕਰਾਂਗੇ, ਤੁਹਾਡੇ ਇਹਨਾਂ ਕਾਨੂੰਨਾਂ ਬਾਰੇ ਜੋ ਵੀ ਖਦਸ਼ੇ ਨੇ ਉਹਨਾਂ 'ਤੇ ਅਸੀਂ ਗੱਲ ਕਰਾਂਗੇ, ਮੈਂ ਅਤੇ ਮੇਰੀ ਟੀਮ ਕਰੂਗੀ। ਇਹ ਤਾਂ ਸਾਡਾ ਇਸ਼ੂ ਨਹੀਂ ਸੀ ਕੋਈ, ਸਾਡਾ ਇਸ਼ੂ ਤਾਂ ਹੈ ਵੀ ਜਿਨ੍ਹਾਂ ਨੇ ਇਹ ਐਕਟ ਬਣਾਏ ਨੇ, ਜਿਹੜੇ ਐਕਟ ਦੇ ਵਿੱਚ ਕੀ ਹੋ ਸਕਦਾ ਉਹਨੂੰ ਸੋਧਣ ਬਾਰੇ ਕੁਛ ਸੋਚ ਸਕਦੇ ਨੇ, ਉਹਨਾਂ ਜਾਂ ਐਕਟਸ ਨੂੰ ਰੱਦ ਕਰਨ ਬਾਰੇ ਸੋਚ ਸਕਦੇ ਨੇ ਸਾਡੀ, ਉਹਨਾਂ ਨੂੰ ਜਿਹੜੇ ਬੰਦੇ ਲੈਜਿਸਲੇਚਰ 'ਚ ਨੇ, ਐਗਜੀਕਿਊਟਿਵ ਹੈ ਜਿਹੜੀ ਬਣਾਓ ਕਿਉਂ ਕਰੀ, ਉਹਨੇ ਤਾਂ ਐਗਜੀਕਿਊਟ ਕਰਨਾ। ਇਸ ਕਰਕੇ ਅਸੀਂ ਉਹ ਫਿਰ 31 ਜਥੇਬੰਦੀਆਂ ਨੇ ਉਸ ਨੂੰ ਰੱਦ ਕੀਤਾ, ਔਰ ਉਹਨਾਂ ਨੂੰ ਲਿਖਤੀ ਭੇਜਤਾ ਕੱਲ੍ਹ
ਵੀ ਸਾਡੀ ਗੱਲਬਾਤ ਹੈ ਜਾਂ ਪ੍ਰਾਈਮ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਵੱਲੋਂ ਡਿਪਿਊਟਡ ਗਰੁੱਪ ਆਫ ਮਿਨਿਸਟਰ ਜਾਂ ਕੋਈ ਪਾਰਲੀਮੈਂਟਰੀ ਕਮੇਟੀ ਬਣਾ ਕੇ ਉਹਦੇ ਵਿੱਚ ਇਹਨਾਂ ਐਕਸ਼ਨ ਦੇ ਉੱਤੇ ਗੱਲਬਾਤ ਹੋਵੇ। ਇਹੀ ਡੈਮੋਕ੍ਰੈਟਿਕ ਤਰੀਕਾ। ਪਹਿਲਾਂ ਤੁਸੀਂ ਪਾਰਲੀਮੈਂਟ 'ਚ ਨਹੀਂ ਕੀਤੀ ਢੰਗ ਨਾਲ ਇਹਨਾਂ 'ਤੇ ਬਹਿਸ, ਲੋਕਾਂ ਨੂੰ ਬਾਹਰ ਕੱਢਤਾ ਐਮ ਪੀ ਆਂ ਨੂੰ ਚੱਕ ਕੇ। ਸੋ ਇਸ ਲਈ ਸਾਡੀ ਇਹ ਜਥੇਬੰਦੀਆਂ ਦੀ ਸਮਝ ਇਹ ਹੈ ਕਿ ਪੰਜਾਬ ਦਾ ਕਿਸਾਨ ਅੰਦੋਲਨ, ਇਹ ਮੈਂ ਇੰਨਾ ਨਹੀਂ ਕਹਿਣਾ ਚਾਹੁੰਦਾ, ਇਹ ਆਪਣਾ 1974-75 ਜਿਹੜਾ ਬੇਰੁਜ਼ਗਾਰੀ ਦੇ ਖਿਲਾਫ ਅੰਦੋਲਨ ਸੀ, ਉਹਦੇ ਤੋਂ ਬਾਅਦ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਉਹਦੇ ਤੋਂ ਵੀ ਵੱਡਾ ਅੰਦੋਲਨ ਹੈ ਜਿਹੜਾ ਹਿੰਦੁਸਤਾਨ ਦੇ ਵਿੱਚ ਕਿਸੇ ਸੈਕਸ਼ਨ ਦਾ ਹੋ ਰਿਹਾ। ਉਹ ਕਿਸਾਨ ਅੰਦੋਲਨ ਹੈ ਜਿਹਨੇ ਪੂਰੇ ਦੇਸ਼ ਦੀ ਮੀਡੀਆ ਨੂੰ, ਪੂਰੇ ਦੇਸ਼ ਦੀਆਂ ਪਾਰਟੀਆਂ ਨੂੰ, ਪੂਰੇ ਦੇਸ਼ ਦੇ ਲੋਕਾਂ ਨੂੰ, ਪੂਰੇ ਦੇਸ਼ ਦੀ ਹਰ ਇੰਡਸਟਰੀ ਹੈ ਜਿਹੜੀ ਉਹਨੂੰ ਆਪਣੇ ਵੱਲ ਧਿਆਨ ਉਹਦਾ ਖਿੱਚਿਆ। ਭਾਵੇਂ ਸਰਕਾਰ ਨੂੰ ਇਹਦੀ ਗੰਭੀਰਤਾ ਸਮਝਣੀ ਚਾਹੀਦੀ ਹੈ ਕਿ ਬਸ਼ਰਤੇ ਕਿ ਤੁਸੀਂ ਨਿਚਲੇ ਲੈਵਲ 'ਤੇ ਗੱਲਬਾਤ ਕਰੋ, ਉੱਪਰਲੇ ਲੈਵਲ ਤੱਕ ਜਿਹੜੀ ਗੱਲਬਾਤ ਹੋਣੀ ਚਾਹੀਦੀ। ਮੈਨੂੰ ਲੱਗਦਾ ਸਰਕਾਰ ਨੂੰ ਇਹ ਤਾਂ ਪਤਾ ਕਿ ਸੰਘਰਸ਼ ਅੰਦੋਲਨ ਕਾਫੀ ਤੇਜ਼ ਹੈ। ਬਿਲਕੁਲ। ਲੇਕਿਨ ਕਈ ਵਾਰੀ ਨਾ ਇਤਿਹਾਸ ਦੇ ਵਿੱਚ ਇਸ ਕਿਸਮ ਦੇ ਸ਼ਾਸਕ ਆਉਂਦੇ ਨੇ ਰਾਜ ਕਰਨ ਵਾਲੇ, ਜਿਹੜੇ ਜਨਤਾ ਨੂੰ ਕਹਿੰਦੇ ਲੈ ਤੁਸੀਂ ਆਹ ਕਰੀ ਚੱਲੋ, ਤੁਹਾਨੂੰ ਠੂਠਾ ਦਿਖਾਉਂਦੇ। ਪਾਰਟੀਆਂ ਵੀ ਹੋ ਸਕਦੀਆਂ ਨੇ ਉਹ, ਜਿਵੇਂ ਉਦਾਹਰਣ ਦੇ ਤੌਰ 'ਤੇ ਹਿਟਲਰ ਸੀ, ਹਿਟਲਰ ਨੇ ਦੁਨੀਆ ਦੀ ਕਿਹਦੀ ਪਰਵਾਹ ਕੀਤੀ, ਮੁਸੋਲਿਨੀ ਨੇ ਕਿਹਦੀ ਕੀਤੀ। ਸਿਮੀਲਰਲੀ ਮੈਨੂੰ ਇਹ ਲੱਗਦਾ ਕਿ ਜਿਹੜੇ ਰਾਜ ਕਰਨ ਵਾਲਿਆਂ ਦਾ ਇੱਕ ਅੰਡਰ ਕਰੰਟ ਐਸੀ ਆ, ਜਿਹੜੇ ਸੋਚਦੇ ਨੇ ਵੀ ਇਹ ਕੋਈ ਲੋਕ ਨੇ, ਕੋਈ ਸੈਕਸ਼ਨ ਹੈ, ਕੋਈ ਵਰਗ ਹੈ, ਕੋਈ ਲੋਕ ਨੇ, ਕੋਈ ਪ੍ਰਾਂਤ ਦੇ ਲੋਕ ਨੇ, ਵੀ ਉਹਨਾਂ ਨੂੰ ਜੁੱਤੀ ਥੱਲੇ ਦੇ ਕੇ ਉਹਨਾਂ ਨੂੰ ਮਨਾਉਣਾ ਆਪਣੀ ਗੱਲ, ਅਤੇ ਜੋ ਅਸੀਂ ਤੈਅ ਕਰ ਲਿਆ ਉਹਨੂੰ ਲਾਗੂ ਹੀ ਕਰਨਾ। ਉਹ ਚਾਹੇ ਕਿਸਾਨਾਂ ਬਾਰੇ ਆ, ਚਾਹੇ ਮਜ਼ਦੂਰਾਂ ਬਾਰੇ ਆ, ਚਾਹੇ ਉਹ ਨਿਊ ਐਜੂਕੇਸ਼ਨ ਪਾਲਿਸੀ ਆ, ਚਾਹੇ ਉਹ ਨਿਊ ਜਿਹੜੀ ਵੀ ਨੀਤੀ ਬਣਾਈ, ਜਿਹੜੀ ਵੀ ਨੀਤੀ ਬਣਾਈ ਆ, ਉਹ ਥੋਪ ਦਿੱਤੀ ਬਸ ਕੇ ਤੁਹਾਨੂੰ ਮਿਲਣਾ। ਉਹਦਾ ਜਿਹੜਾ ਇੱਕ ਦੇਸ਼ ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਨਿਊ ਇੱਕ ਨਿਊ ਐਜੂਕੇਸ਼ਨ ਪਾਲਿਸੀ, ਬਲਕਿ ਇਹ ਉੱਧਰ ਨੂੰ ਅਸਲ ਜਾਣ ਵਾਲੇ ਕਦਮ ਨੇ। ਇੱਕ ਦੇਸ਼ ਇੱਕ ਮੰਡੀ, ਇਹ ਸਾਰਾ ਇੱਕ ਉੱਧਰ ਨੂੰ ਜਾਣ ਵਾਲੇ ਕਦਮ ਨੇ, ਜਿਹੜੇ ਸੈਂਟਰਲਾਈਜੇਸ਼ਨ ਆਫ ਪਾਵਰ ਜਾਂ ਸੈਂਟਰਲਾਈਜੇਸ਼ਨ ਆਫ ਇੱਕ ਪਰਟੀਕੁਲਰ ਥਾਟ ਹੈ, ਜਿਹੜਾ ਆਈਡੀਆ ਜੋ ਹੈ, ਆਪਣੀ ਆਈਡੀਓਲੋਜੀ ਜਿਹੜੀ ਆ ਉਹ ਥੋਪੀ ਜਾ ਰਹੀ ਹੈ। ਪੰਜਾਬ ਦੇ ਸੰਦਰਭ ਵਿੱਚ ਇੱਦਾਂ ਨਹੀਂ ਹੋ ਸਕਦਾ। ਇੱਕ ਅਖੀਰ ਦੇ ਵਿੱਚ ਮੈਨੂੰ ਹੁਣ ਇਹ ਦੱਸੋ ਕਿ ਅਸੀਂ ਜੇ ਗਾਇਕਾਂ ਵੱਲ ਦੇਖੀਏ, ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਦੇ ਗਾਇਕ ਬਹੁਤ ਚਰਚਿਤ ਨੇ। ਭਾਜਪਾ ਇਹ ਗੱਲ ਕਹਿੰਦੀ ਹੈ ਕਿ ਗਾਇਕ ਉਕਸਾ ਰਹੇ ਨੇ, ਕਈ ਭਾਜਪਾ ਆਗੂਆਂ ਦੇ ਇਹ ਵੀ ਬਿਆਨ ਆਏ, ਜਾਂ ਹੋਰ ਜਿਹੜੇ ਵਿਰੋਧੀ ਨੇ ਜਿਹੜੇ ਇਸ ਗੱਲ ਦਾ ਵਿਰੋਧ ਕਰਦੇ ਨੇ ਕਿ ਗਾਇਕ ਕਿਉਂ, ਕਲਾਕਾਰ ਕਿਉਂ ਤੁਹਾਡੇ ਨਾਲ ਨੇ, ਕਿਸਾਨਾਂ ਦੇ ਨਾਲ, ਮਜ਼ਦੂਰਾਂ ਦੇ ਨਾਲ ਕਲਾਕਾਰ ਕਿਉਂ ਖੜੇ ਨੇ। ਤੁਹਾਨੂੰ ਨਹੀਂ ਲੱਗਦਾ ਕਿ ਮਸਲਾ ਡੀਰੇਲ ਹੁੰਦਾ ਇਹਦੇ ਨਾਲ, ਕਿਉਂਕਿ ਜਿਹੜੇ ਕਿਸਾਨਾਂ ਦੇ ਨੌਜਵਾਨ ਪੁੱਤ ਨੇ ਜਾਂ ਨੌਜਵਾਨ ਪੀੜ੍ਹੀ ਆ, ਜਿਨ੍ਹਾਂ ਨੂੰ ਕੋਈ ਕਈ ਲੋਕ ਬਾਅਦ ਵਿੱਚ ਮੰਡੀਰ ਕਹਿ ਦਿੰਦੇ ਨੇ ਕਿ ਉਹ ਜੀ ਜਿਹੜੇ ਗਾਇਕਾਂ ਮਗਰ ਤੁਰੇ ਫਿਰਦੇ ਨੇ ਉਹ ਮੰਡੀਰ ਨੇ, ਹਾਲਾਂਕਿ ਗਾਇਕਾਂ ਨੇ ਕਿਹਾ ਕਿ ਇਹਨਾਂ ਨੂੰ ਮੰਡੀਰ ਨਾ ਕਹੋ। ਮੂਸੇ ਵਾਲੇ ਨੇ ਨੌਜਵਾਨ ਕਿਸਾਨ ਏਕਤਾ ਬਣਾ ਕੇ ਆਪਣਾ ਝੰਡਾ ਖੜਾ ਕੀਤਾ। ਮਾਨਸਾ ਦੇ ਵਿੱਚ ਤੁਸੀਂ ਦੇਖਿਆ ਦੀਪ ਸਿੱਧੂ ਸ਼ੰਭੂ ਬਾਰਡਰ 'ਤੇ ਬੈਠਾ, ਕਿਸਾਨ ਆਪਣੇ ਫਾਟਕਾਂ 'ਤੇ ਬੈਠੇ ਨੇ, ਅਲੱਗ ਅਲੱਗ ਥਾਵਾਂ 'ਤੇ ਪਟੜੀਆਂ 'ਤੇ ਬੈਠੇ ਨੇ। ਤੁਹਾਡੀ ਵੀ ਜਿਹੜੀ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਇੱਕ ਚੰਡੀਗੜ੍ਹ ਦੇ ਵਿੱਚ ਬੀਤੇ ਦਿਨ ਪ੍ਰੈਸ ਕਾਨਫਰੰਸ ਹੋਈ ਸੀ ਗਾਇਕਾਂ ਦੀ, ਕਲਾਕਾਰ, ਤੁਹਾਨੂੰ ਲੱਗਦਾ ਨਹੀਂ ਕਿ ਇਹ ਮਸਲਾ ਸੁਲਝ ਸਕਦਾ ਇੱਦਾਂ, ਗਾਇਕ ਲੰਮੇ ਸਮੇਂ ਤੱਕ ਤੁਹਾਡੇ ਨਾਲ ਚੱਲ ਸਕਦੇ ਨੇ? ਦੇਖੋ ਇੱਕ ਗੱਲ ਤੁਹਾਨੂੰ ਬੜੀ ਕਲੀਅਰ ਕਰਾਂ ਮੈਂ, ਇਹ ਕਿ ਸਮਾਜ ਦੇ ਅੰਦਰ ਜਦੋਂ ਕੋਈ ਮੁੱਦਾ ਆਉਂਦਾ ਜੀ, ਉਹ ਮੁੱਦੇ 'ਤੇ ਧਰੁਵੀਕਰਨ ਹੁੰਦਾ ਲੋਕਾਂ ਦਾ ਜੀ, ਉਹ ਧਰੁਵੀਕਰਨ ਹੋ ਕੇ ਕੋਈ ਜਥੇਬੰਦੀਆਂ ਬਣਦੀਆਂ ਨੇ, ਕੋਈ ਲਹਿਰਾਂ ਉੱਠਦੀਆਂ ਨੇ। ਜਦੋਂ ਉਹ ਲਹਿਰਾਂ ਇੱਕ ਪਰਟੀਕੁਲਰ ਨੋਡਲ ਪੁਆਇੰਟ 'ਤੇ ਪਹੁੰਚ ਜਾਂਦੀਆਂ ਨੇ ਜੀ, ਅਤੇ ਉਹਦੇ ਤੋਂ ਅੱਗੇ ਵਧਣਾ ਸ਼ੁਰੂ ਹੁੰਦੀਆਂ ਨੇ, ਉਹ ਮੁੱਦੇ ਅਤੇ ਉਸ ਲਹਿਰਾਂ ਦੇ ਬਾਰੇ ਸਮਾਜ ਦੇ ਬਾਕੀ ਦੇ ਲੋਕ ਨੇ ਜਿਹੜੇ ਉਹ ਸੋਚਣਾ ਸ਼ੁਰੂ ਕਰਦੇ ਨੇ। ਉਹ ਲਹਿਰ ਹੋਰ ਅੱਗੇ ਵੱਧਦੀ ਹੈ, ਉਹ ਸੋਚਣ ਤੋਂ ਅੱਗੇ ਉਹਦੇ ਬਾਰੇ ਆਪਣੇ ਸਟੈਂਡ ਲੈਣੇ ਸ਼ੁਰੂ ਕਰਦੇ ਨੇ। ਕੋਈ ਉਹਦੇ ਕ੍ਰਿਟੀਕਲ ਹੋ ਜਾਂਦਾ, ਕੋਈ ਉਹਦੇ ਵਿਰੋਧ 'ਚ ਹੋ ਜਾਂਦਾ, ਕੋਈ ਉਹਦੇ ਹੱਕ 'ਚ ਹੋ ਜਾਂਦਾ। ਹਮੇਸ਼ਾ ਹੁੰਦਾ ਹੈ, ਇਤਿਹਾਸ 'ਚ ਹੁੰਦਾ ਆ, ਅੱਜ ਵੀ ਇਹੀ ਹੋ ਰਿਹਾ ਜੀ। ਇਹ ਕੋਈ ਵੀ ਵਿਅਕਤੀ, ਇਹਨੂੰ ਕਹਿੰਦੇ ਆਪਾਂ ਕੋਈ ਵੀ, ਚਾਹੇ ਕਲਾਕਾਰ ਹੈ, ਚਾਹੇ ਉਹ ਲੇਖਕ ਹੈ, ਚਾਹੇ ਪੱਤਰਕਾਰ ਹੈ, ਚਾਹੇ ਉਹ ਮਜ਼ਦੂਰ ਹੈ, ਨੌਜਵਾਨ ਹੈ, ਵਿਦਿਆਰਥੀ ਹੈ, ਸਮਾਜ ਦਾ ਟੋਟਲ ਜਿਹੜਾ ਹਿੱਸਾ ਹੈ ਉਹ ਉਸ ਵੇਲੇ ਉਸ ਆਈਡੀਏ ਬਾਰੇ, ਉਸ ਲਹਿਰ ਬਾਰੇ, ਉਹਦੇ ਮੁੱਦੇ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ, ਅਤੇ ਉਹਦੇ 'ਤੇ ਇੱਕ ਧਰੁਵੀਕਰਨ ਹੋ ਜਾਂਦਾ। ਪੰਜਾਬ ਦੀ ਵੀ ਅੱਜ ਇਸ ਕਿਸਮ ਦੀ ਪ੍ਰਸਥਿਤੀ ਬਣੀ ਹੋਈ ਹੈ। ਉਹ ਜੇ ਕੋਈ ਵਿਦਿਆਰਥੀਆਂ ਦੀ ਜਥੇਬੰਦੀ ਹੈ, ਈਵਨ ਚੰਡੀਗੜ੍ਹ ਯੂਨੀਵਰਸਿਟੀ 'ਚ, ਬਿਲਕੁਲ ਪਟਿਆਲਾ ਯੂਨੀਵਰਸਿਟੀ 'ਚ, ਉਹਨਾਂ ਨੂੰ ਕਿਸਾਨਾਂ ਦੀ ਇਸ ਲਹਿਰ ਅਤੇ ਉਹਦੇ ਮੁੱਦੇ ਬਾਰੇ ਕੁਛ ਨਾ ਗੱਲ ਕਰਨੀ ਪੈਣੀ ਆ। ਅਖਬਾਰਾਂ ਨੂੰ ਐਡੀਟੋਰੀਅਲ ਲਿਖਣੇ ਪੈਣੇ ਨੇ, ਕਹਾਣੀਕਾਰਾਂ ਨੂੰ ਕਹਾਣੀਆਂ ਲਿਖਣੀਆਂ ਪੈਣੀਆਂ ਨੇ, ਕਵਿਤਾ ਵਾਲਿਆਂ ਨੂੰ ਕਵੀਆਂ ਨੂੰ ਕਵਿਤਾਵਾਂ ਲਿਖਣੀਆਂ ਪੈਣੀਆਂ ਨੇ। ਮਤਲਬ ਇੱਕ ਸਾਂਝਾ ਸੰਘਰਸ਼ ਹੋ ਜਾਂਦਾ ਹਰ ਪਾਸੇ ਤੋਂ ਸਾਥ, ਹਰੇਕ ਚੀਜ਼ ਨੂੰ ਪ੍ਰਭਾਵਿਤ ਕਰਦਾ। ਇਹਨੂੰ ਕਹਿੰਦੇ ਨੇ ਕਿ ਕੋਈ ਮੂਵਮੈਂਟ ਜਿਹੜੀ ਹੈ ਉਹਦਾ ਆਈਡੀਆ ਇੱਕ ਮਟੀਰੀਅਲ ਫੋਰਸ ਬਣ ਕੇ ਦੈਟ ਮੂਵਸ ਫਰੋਮ ਵਨ ਹਾਊਸ ਟੂ ਅਦਰ ਹਾਊਸ। ਉਹ ਮਤਲਬ ਕਿ ਈਵਨ ਉਹ ਚਰਚਾ ਦਾ ਵਿਸ਼ਾ ਕਿਸੇ ਪਰਿਵਾਰ ਦੇ ਡਰਾਇੰਗ ਰੂਮ 'ਚ ਬਣਿਆ ਰਹਿੰਦਾ, ਖਾਣੇ ਦੇ ਟੇਬਲ 'ਤੇ ਬਣਿਆ ਰਹਿੰਦਾ। ਉਹਨਾਂ ਦੀ ਪੋਲਰਾਈਜੇਸ਼ਨ ਆਫ ਮਾਇੰਡ ਹੁੰਦੀ ਹੈ। ਕਿਸਾਨ ਸੰਘਰਸ਼ ਹੈ ਇਸ ਵੇਲੇ ਪੰਜਾਬ ਦਾ, ਗਾਇਕ ਕੀ,
उन्हें सारिआं नूं खिंचिआ होइआ इकल्ले गायक थोड़ा पार्टियां ने जिहड़ियां भज मैनूं इह दस्सो तुसीं फिर सुखबीर बादल उन्हां नूं एन डी ए छड्डण दी की लोड़ सी उहदी वाइफ नूं की लोड़ सी मिनिस्ट्री छड्डण दी क्यों मतलब कि अज जिहड़े कलाकारां दी तुसीं गल कीती है कलाकार जिहड़े ने इह अपने कुछ प्रीकाशनस लैणियां होणगियां लीडरशिप मेनली किसान जथेबंदियां दी किसान लहर दी किसान मुद्दियां दी किसानां कोल रहनी चाहीदी है बिल्कुल लेट द अदर्स कम ਉਹ ਸਪੋਰਟ ਕਰਨ ਕੰਪਲੀਮੈਂਟਰੀ ਰੋਲ ਅਦਾ ਕਰਨ ਉਹ ਕਰਨ ਕੇ ਇਸ ਮੂਵਮੈਂਟ ਨੂੰ ਯਾਨੀ ਮੈਂ ਤਾਂ ਇਹ ਵੀ ਚਾਹੁੰਦਾ ਕਿ ਇਹ ਮੂਵਮੈਂਟ ਹੈ ਜਿਹੜੀ ਕਿਸਾਨਾਂ ਦੀ ਮੂਵਮੈਂਟ ਸੈਂਟਰ 'ਚ ਰਹੇ ਜੀ ਲੋਕ ਇਹਦੀ ਸਪੋਰਟ ਕਰਨ ਜੀ ਅਤੇ ਐਡਾ ਉਭਾਰ ਬਣੇ ਇਹ ਤਾਂ ਜੋ ਇਹ ਇੱਕ ਮਤਲਬ ਕਿ ਇੱਕ ਤਰ੍ਹਾਂ ਦੀ ਕਿਸਾਨਾਂ ਦੇ ਹੱਕ 'ਚ ਤਬਦੀਲੀ ਲੈ ਕੇ ਆਉਣ ਵਾਸਤੇ ਮੋਦੀ ਸਰਕਾਰ ਨੂੰ ਮਜਬੂਰ ਕਰੇ ਇੱਕ ਦੂਸਰਾ ਕਿਉਂਕਿ ਇਹ ਤਿੰਨ ਐਕਟ ਤਾਂ ਹੁਣ ਨੇ ਐਗਰੀਕਲਚਰ ਦਾ ਕ੍ਰਾਈਸਿਸ ਤਾਂ ਬਹੁਤ ਪੁਰਾਣਾ ਹੈ ਲੋਕ ਖੁਦਕਸ਼ੀਆਂ ਕਰ ਰਹੇ ਨੇ ਕਰਜ਼ੇ 'ਚ ਨੇ ਉਹਨਾਂ ਨੂੰ ਉਹਨਾਂ ਦੇ ਭਾਅ ਨਹੀਂ ਮਿਲਦੇ ਉਹਨਾਂ ਦੀਆਂ ਮੰਗਾਂ ਕਿੰਨੀਆਂ ਡਿਊ ਨੇ ਸੋ ਪੂਰੇ ਦੇਸ਼ ਦੇ ਕਿਸਾਨਾਂ ਦੇ ਜਿਹੜੇ ਸਾਰੇ ਮੁੱਦੇ ਮਸਲੇ ਨੇ ਉਹ ਅਗਰ ਇਸ ਕਿਸਮ ਦਾ ਇੱਕ ਸੈਂਟਰਲ ਐਂਡ ਲੀਡਿੰਗ ਰੋਲ ਅਖਤਿਆਰ ਕਰ ਜਾਂਦੇ ਨੇ ਦੇਸ਼ ਦੇ ਅੰਦਰ ਇਹ ਦੇਸ਼ ਦੀ ਰਾਜਨੀਤੀ ਦੇ ਅੰਦਰ ਇੱਕ ਨਵਾਂ ਸਿਨਾਰੀਓ ਹੋਊਗਾ ਇੱਕ ਨਵੀਂ ਕਹਿ ਲਓ ਕਿ ਨਵਾਂ ਕਦਮ ਹੋਊਗਾ ਜਦੋਂ ਦੇਸ਼ ਦੇ ਲੋਕ ਮਤਲਬ ਕਿ ਆਹ ਮੰਦਰ ਮਸਜਿਦ ਤੋਂ ਉੱਪਰ ਉੱਠ ਕੇ ਜਾਂ ਹੋਰ ਚੀਜ਼ਾਂ ਜਿਹੜੀਆਂ ਛੋਟੀਆਂ ਛੋਟੀਆਂ ਉਠਾ ਰਹੇ ਨੇ ਲੋਕ ਉਹਨਾਂ ਤੋਂ ਉੱਪਰ ਉੱਠ ਕੇ ਜਾਂ ਇਹ ਜਿਹੜਾ ਲਿੰਚਿੰਗ ਤੋਂ ਜਾਂ ਹੋਰ ਮਸਲੇ ਗਊ ਮਾਤਾ ਤੋਂ ਉੱਪਰ ਉੱਠ ਕੇ ਜਿਉਂਦੇ ਜਾਗਦੇ ਇਨਸਾਨਾਂ ਦੀ ਸਮਾਜ ਦੀ ਗੱਲ ਕਰਨਗੀਆਂ ਉਹਦੇ 'ਚ ਮੈਨੂੰ ਮਾਣ ਹੈ ਕਿ ਅਗਰ ਕਿਸਾਨ ਜਥੇਬੰਦੀਆਂ ਕਿਸਾਨ ਮੂਵਮੈਂਟ ਕਿਸਾਨ ਮੁੱਦੇ ਇਕੱਲੇ ਕਾਨੂੰਨਾਂ ਦੇ ਨਹੀਂ ਕਿਸਾਨ ਹੋਰ ਮੁੱਦੇ ਵੀ ਨਾਲ ਜੋੜ ਕੇ ਅਗਰ ਆਉਣ ਵਾਲੇ ਦਿਨਾਂ ਦੇ ਅੰਦਰ ਜਿਵੇਂ ਮੰਨ ਲਓ ਅਸੀਂ 25-26 ਤਰੀਕ ਨੂੰ ਕਾਲ ਆਈ ਹੈ ਕਿਸਾਨਾਂ ਦੀ 6 ਘੰਟੇ ਦਾ ਬਲੋਕ ਰਹੂਗਾ ਰੋਡ ਬਲੋਕ ਰਹਿਣਗੀਆਂ 25-26 ਦਾ ਅਸੀਂ ਦਿੱਲੀ ਵੱਲ ਮਾਰਚ ਕਰਨਾ ਹੈ ਅਗਰ ਇਹ ਵੱਡੇ ਮਾਰਚ ਹੋ ਜਾਂਦੇ ਨੇ ਭਾਰਤ ਦੇ ਕਿਸਾਨਾਂ ਦੇ ਵੱਡੇ ਪ੍ਰੋਗਰਾਮ ਹੋ ਜਾਂਦੇ ਨੇ ਅਟਰੈਕਸ਼ਨ ਦਾ ਸੈਂਟਰ ਬਣਦੇ ਨੇ ਲੋਕਾਂ ਨੂੰ ਆਪਣੇ ਦੁਆਲੇ ਰੈਲੀ ਰਾਊਂਡ ਕਰ ਲੈਂਦੇ ਨੇ ਤਾਂ ਇਹ ਇੱਕ ਚੰਗਾ ਮੈਂ ਤਾਂ ਕਹਿੰਦਾ ਚੰਗਾ ਸ਼ਗਨ ਹੋਊਗਾ ਇੱਕ ਹੋਰ ਇਹ ਨਹੀਂ ਚਾਹੀਦਾ ਮੇਰੇ ਦਿਮਾਗ ਵਿੱਚ ਹੁਣ ਹੈ ਕਿ ਕਲਾਕਾਰਾਂ ਨੂੰ ਹੁਣ ਇਹ ਚਾਹੀਦਾ ਹੈ ਕਿ ਉਹ ਆਪਣੀ ਕਲਮ ਜਾਂ ਗੀਤਕਾਰ ਜਿਹੜੇ ਨੇ ਉਹ ਕਲਾਕਾਰ ਇਹ ਰਲ ਕੇ ਪੰਜਾਬ ਦੇ 'ਚ ਇਹੋ ਜਿਹਾ ਹਮਲਾ ਮਾਰਨ ਕਿ ਜਿਹੜੇ ਕਿਸਾਨ ਖੁਦਕੁਸ਼ੀਆਂ ਕਰਦੇ ਨੇ ਜਾਂ ਜਿਹੜੇ ਬੈਕਫੁੱਟ 'ਤੇ ਚਲੇ ਗਏ ਜਿਹਨਾਂ ਨੂੰ ਤੁਸੀਂ ਦੇਖਿਆ ਕਿ ਇਹੋ ਜਿਹਾ ਦੌਰ ਝੱਲਣਾ ਪੈਂਦਾ ਕਿ ਉਹਨਾਂ ਕੋਲ ਕਮਾਈ ਜੋਗੇ ਪੈਸੇ ਨਹੀਂ ਹੁੰਦੇ ਘਰ ਜੋਗੇ ਨਹੀਂ ਹੁੰਦੇ ਉਹਨਾਂ ਨੂੰ ਸੰਭਾਲਣ ਜਾ ਕੇ ਹੁਣ ਕਿ ਉਹਨਾਂ ਨੂੰ ਵੀ ਪੈਰਾਂ ਸਿਰ ਖੜੇ ਕਰਨ ਉਹਨਾਂ ਦੇ ਰੁਜ਼ਗਾਰ ਦਾ ਕੋਈ ਸਾਧਨ ਪੈਦਾ ਕਰਨ ਜਾਂ ਕਿਸੇ ਤਰੀਕੇ ਨਾਲ ਮਦਦ ਕਰਨ ਉਹਨਾਂ ਦੀ ਕਲਾਕਾਰ ਰਾਸ਼ਤਾ ਦੀ ਜ਼ਿੰਮੇਵਾਰੀ ਹੈ ਕਿ ਜੇ ਸੁਈਸਾਈਡਸ ਹੋ ਰਹੇ ਨੇ ਮਤਲਬ ਕਿ ਲੋਕ ਕਰਜ਼ੇ ਥੱਲੇ ਚਲੇ ਗਏ ਨੇ ਉਹ ਪਾਲਿਸੀਆਂ ਠੀਕ ਕਰੇ ਇੱਕ ਗੱਲ ਦੂਜੀ ਗੱਲ ਤੁਸੀਂ ਇਹ ਕਦੇ ਨਾ ਆਸ ਕਰੋ ਕਿ ਕੋਈ ਕਵੀ ਕੋਈ ਕਹਾਣੀਕਾਰ ਕੋਈ ਐਕਟਰ ਕੋਈ ਗਾਇਕ ਕੋਈ ਹੋਰ ਹੈ ਜਿਹੜਾ ਉਹਦੇ ਉਹ ਕੋਈ ਹੋਰ ਕੰਮ ਕਰ ਲੂਗਾ ਜਾ ਕੇ ਉਹਦਾ ਜਿਹੜਾ ਆਪਣਾ ਜਿਹੜਾ ਬਣ ਗਿਆ ਪ੍ਰੋਫੈਸ਼ਨ ਹੈ ਉਹ ਪ੍ਰੋਫੈਸ਼ਨ ਉਹ ਬਣੇ ਹੀ ਤਾਂ ਹੈ ਕਿ ਉਹਦੇ 'ਚ ਕੁਦਰਤੀ ਇਹ ਗੁਣ ਸੀਗਾ ਇਹ ਜੀ ਬਿਲਕੁਲ ਸੋ ਉਹ ਗੁਣ ਵੱਧ ਤੋਂ ਵੱਧ ਇਸ ਚੀਜ਼ ਦੇ ਕੰਮ ਕਿਵੇਂ ਆਵੇ ਇਹ ਅਸਲ 'ਚ ਸਮਾਜ ਦੀ ਜਾਂ ਸਾਡੀ ਜ਼ਿੰਮੇਵਾਰੀ ਹੈ ਉਹਦੇ 'ਚ ਕੋਈ ਵਿਗਾੜ ਨਾ ਪੈਦਾ ਕਰੇ ਸਾਡੀ ਮੂਵਮੈਂਟ ਦੇ ਅੰਦਰ ਬਿਲਕੁਲ ਉਹਨੂੰ ਕਿਸੇ ਡਿਸਰਪਸ਼ਨ ਵੱਲ ਨਾ ਲੈ ਕੇ ਜਾਵੇ ਸਾਡੀ ਮੂਵਮੈਂਟ ਨੂੰ ਨਹੀਂ ਹੁਣ ਦੇਖਿਆ ਨਾ ਤੁਸੀਂ ਚਲੋ ਠੀਕ ਹੈ ਤੁਹਾਡਾ ਇਹ ਵੀ ਕਹਿਣਾ ਠੀਕ ਹੈ ਹਰੇਕ ਦੀ ਆਪਣੀ ਜ਼ਿੰਮੇਵਾਰੀ ਹੈ ਗੀਤ ਕਈ ਇਹੋ ਜਿਹੇ ਆ ਰਹੇ ਨੇ ਜਿਹਨਾਂ ਗੀਤਾਂ ਦੇ ਵਿੱਚ ਉਕਸਾਇਆ ਜਾ ਰਿਹਾ ਹਥਿਆਰ ਚੱਕ ਲਾਂਗੇ ਦਿੱਲੀ ਹਥਿਆਰ ਚੱਕਣ ਲਈ ਮਜਬੂਰ ਨਾ ਕਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਮੂਵਮੈਂਟ ਜਿਹੜੀ ਹੈ ਜਿਸ ਤਰ੍ਹਾਂ ਤੁਸੀਂ ਸੰਘਰਸ਼ ਚਲਾਉਂਦੇ ਆ ਰਹੇ ਹੋ ਕਿਸਾਨ ਚਲਾਉਂਦੇ ਆ ਰਹੇ ਨੇ ਕੋਈ ਹਥਿਆਰਾਂ ਵਾਲੀ ਗੱਲ ਹੀ ਨਹੀਂ ਉਹ ਆਪਣੀ ਗੱਲ ਰੱਖ ਰਹੇ ਨੇ ਜਿਵੇਂ ਸਾਡਾ ਢਾਂਚਾ ਕਹਿੰਦਾ ਸਾਡਾ ਸੰਘੀ ਢਾਂਚਾ ਕਹਿੰਦਾ ਉਦਾਂ ਗੱਲ ਰੱਖਦੇ ਨੇ ਹਥਿਆਰਾਂ ਵਾਲੀ ਗੱਲ ਨਾ ਹੋਵੇ ਉੱਥੇ ਨਹੀਂ ਦੇਖੋ ਨਸ਼ਿਆਂ ਬਾਰੇ ਹਥਿਆਰਾਂ ਬਾਰੇ ਜਿਹੜੇ ਗੀਤਕਾਰ ਲਿਖਦੇ ਨੇ ਜਾਂ ਗੀਤ ਗਾਉਂਦੇ ਨੇ ਸਾਡੀ ਉਹਨਾਂ ਨੂੰ ਅਪੀਲ ਹੈ ਕਿ ਇਹਦੇ 'ਤੇ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਬਿਲਕੁਲ ਔਰ ਮੈਨੂੰ ਇਹ ਲੱਗਦਾ ਕਿ ਅਗਰ ਕੋਈ ਹੈਲਦੀ ਮੂਵਮੈਂਟ ਚੱਲਦੀਆਂ ਨੇ ਉਹ ਸਮਾਜਿਕ ਸਰੋਕਾਰ ਉਹ ਸੱਭਿਆਚਾਰਕ ਸਰੋਕਾਰ ਉਹ ਵੈਲਿਊ ਸਿਸਟਮ ਇਸ ਕਿਸਮ ਦਾ ਬਣਦਾ ਜਿਹਦੇ ਨਾਲ ਕਲਾਕਾਰਾਂ ਨੂੰ ਵੀ ਸਾਰੇ ਲੇਖਕਾਂ ਨੂੰ ਵੀ ਇੱਕ ਮਜਬੂਰੀ ਹੁੰਦੀ ਹੈ ਕਿ ਉਹ ਜਿਸ ਜਿੱਧਰ ਨੂੰ ਮੂਵਮੈਂਟ ਜਾ ਰਹੀ ਹੈ ਉਹ ਨਿਸ਼ਾਨੇ ਵੱਲ ਹੋ ਕੇ ਹੀ ਆਪਣੀ ਪਰਫਾਰਮੈਂਸ ਕਰਨ ਆਪਣੀ ਕਲਮ ਦੀ ਧਾਰ ਵਰਤਣ ਇਸ ਲਈ ਇਹ ਜਿਹੜਾ ਵਰਤਾਰਾ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਵਿਸ਼ਵੀਕਰਨ ਉਦਾਰੀਕਰਨ ਉਹਦਾ ਇੱਕ ਵਰਤਾਰਾ ਹੈ ਜਿਹਦੇ ਵਿੱਚ ਨੌਜਵਾਨਾਂ ਨੂੰ ਬੇਰੁਜ਼ਗਾਰ ਹੋ ਕੇ ਇਸ ਕਿਸਮ ਦੀਆਂ ਚੀਜ਼ਾਂ ਵੱਲ ਰੁਝਾ ਰਿਹਾ ਇਹ ਬਹੁਤ ਵੱਡਾ ਖਤਰਾ ਹੈ ਅਸਲ 'ਚ ਇਹਦੇ 'ਤੇ ਕਦੇ ਵੱਖਰੀ ਗੱਲ ਕਰਾਂਗੇ ਬਿਲਕੁਲ ਬਿਲਕੁਲ ਕਿ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਅਤੇ ਗਲੋਬਲਾਈਜੇਸ਼ਨ ਜਿਹੜਾ ਨੌਜਵਾਨਾਂ ਨੂੰ ਕਿੰਨਾ ਬਰਬਾਦ ਕਰਨ ਲਈ ਜਾ ਰਿਹਾ ਇਹ ਜਿਹੜੀ ਜੋਬਲੈਸਨੈਸ ਹੈ ਕਿੰਨੀ ਖਤਰਨਾਕ ਹੁੰਦੀ ਹੈ ਕਿੰਨੀ ਮਨੁੱਖ ਨੂੰ ਮਤਲਬ ਕਿ ਇੱਕ ਐਂ ਕਹਿ ਲਓ ਕਿ ਦਿਮਾਗੀ ਤੌਰ 'ਤੇ ਕਿੰਨੀ ਨੀਚੇ ਗੇਰਦੀ ਹੈ
ਤੇ ਮਨੁੱਖ ਕਿਸ ਕਿਸਮ ਦਾ ਬਣ ਜਾਂਦਾ ਡਿਪਰੈਸ਼ਨ ਚ ਜਾ ਕੇ ਐਂਗਜ਼ਾਇਟੀ ਜਾ ਕੇ ਇਹ ਵੱਡਾ ਮਸਲਾ ਹੈ ਔਰ ਖਾਸ ਕਰਕੇ ਨੌਜਵਾਨ ਪੀੜ੍ਹੀ ਲਈ ਬਹੁਤ ਖਤਰਾ ਹੈ ਵੈਸੇ ਤਾਂ ਹਰ ਇਨਸਾਨ ਲਈ ਬਿਲਕੁਲ ਆ ਜਿਹੜੀ ਇੱਕ ਘਟਨਾ ਵਾਪਰੀ ਤੁਸੀਂ ਦੇਖਿਆ ਅਖਬਾਰ ਚ ਪੜਿਆ ਤਿੰਨ ਬੱਚਿਆਂ ਦਾ ਤੁਸੀਂ ਉਹ ਘਟਨਾ ਦੇਖੋ ਕੀ ਹਾਲ ਹੋਇਆ ਉੱਥੇ ਹਾਂ ਜੀ ਹਮੀਰਗੜ੍ਹ ਦੀ ਉਹ ਮਤਲਬ ਕਿ ਰੌਂਗਟੇ ਖੜੇ ਹੋ ਜਾਂਦੇ ਮੈਂ ਤਾਂ ਜਦ ਤੱਕ ਸਵੇਰ ਮੈਂ ਮਤਲਬ ਕਿ ਆਪਣੇ ਆਪ ਨੂੰ ਕਾਫੀ ਦੇਰ ਸੈਟਲ ਨਹੀਂ ਕਰ ਸਕਿਆ ਨਹੀਂ ਤਿੰਨ ਛੋਟੇ ਛੋਟੇ ਬੱਚੇ ਮਾਰ ਕੇ ਬੰਦਾ ਇਹ 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 ਮਜਬੂਰੀਆਂ ਵੀ ਨੇ ਇਹ ਜਿਹੜਾ ਕਲਚਰ ਸਾਨੂੰ ਮਤਲਬ ਕਿ ਇਹ ਪੂੰਜੀਵਾਦੀ ਪ੍ਰਬੰਧ ਦੇ ਰਿਹਾ ਉਹ ਉਹਦੇ ਸੰਕਟ ਚੋਂ ਵੀ ਨਿਕਲ ਰਹੀਆਂ ਨੇ ਚੀਜ਼ਾਂ ਕਿਉਂਕਿ ਸੰਕਟ ਇੰਨਾ ਜ਼ਿਆਦਾ ਕਿ ਕੋਈ ਪ੍ਰਵਾਹ ਨਹੀਂ ਕਰਦਾ ਸਿਸਟਮ ਮੰਡੀ ਚ ਤੁਸੀਂ ਕਰ ਸਕਦੇ ਹੋ ਆਪਣੇ ਆਪ ਨੂੰ ਐਗਜ਼ਿਸਟ ਤਾਂ ਕਰੋ ਨਹੀਂ ਆਲਾ ਦੁਆਲਾ ਨਾ ਤੁਹਾਡੇ ਗੁਆਂਢੀ ਨਾ ਤੁਹਾਡੇ ਰਾਜਸੱਤਾ ਨਾ ਤੁਹਾਡਾ ਸਮਾਜ ਤੁਹਾਡੀ ਕੋਈ ਪ੍ਰਵਾਹ ਨਹੀਂ ਕਰਦਾ ਤੁਸੀਂ ਕੰਮ ਮਿਲਦਾ ਤਾਂ ਜੀਓ ਰਾਤ ਦੀ ਰੋਟੀ ਬੱਚਿਆਂ ਨੂੰ ਖਵਾਓ ਨਹੀਂ ਬੱਚਿਆਂ ਨੂੰ ਕਿਤੇ ਸੁੱਟੋ ਕੋਈ ਪ੍ਰਵਾਹ ਨਹੀਂ ਸਿਸਟਮ ਬੇਹੱਦ ਤਰਾਸਦੀ ਭਰਾ ਸਮਾਂ ਜਿਹੜਾ ਚੱਲ ਰਿਹਾ ਸੋ ਡਾਕਟਰ ਸਾਹਿਬ ਸ਼ੁਕਰੀਆ ਧੰਨਵਾਦ ਸਾਨੂੰ ਸਮਾਂ ਦੇਣ ਲਈ ਸੋ ਸਾਡੇ ਨਾਲ ਮੌਜੂਦ ਸਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨਪਾਲ ਸਿੰਘ ਕਿਸਾਨ ਯੂਨੀਅਨ ਕੀ ਕੁਝ ਕਰ ਰਹੀ ਹੈ ਮੋਰਚਾ ਕਿੱਥੇ ਤੱਕ ਉਹ ਸਭ ਦੇ ਬਾਰੇ ਇਹਨਾਂ ਨੇ ਗੱਲ ਕੀਤੀ ਕਲਾਕਾਰਾਂ ਦਾ ਰੋਲ ਕਿਸ ਤਰ੍ਹਾਂ ਦਾ ਸਾਨੂੰ ਸਾਡਾ ਜਿਹੜਾ ਯੋਗਦਾਨ ਜਿਹੜਾ ਉਹ ਇਸ ਦੇ ਵਿੱਚ ਜ਼ਰੂਰ ਪਾਉਣਾ ਚਾਹੀਦਾ ਉਹ ਇਹਨਾਂ ਦਾ ਕਹਿਣਾ ਹੈ ਕਿਉਂਕਿ ਤੁਸੀਂ ਦੇਖਿਆ ਉਹ ਘਟਨਾ ਜਿਹਦੇ ਬਾਰੇ ਅਸੀਂ ਅਖੀਰ ਦੇ ਵਿੱਚ ਜ਼ਿਕਰ ਕੀਤਾ ਪੂਰਾ ਪਰਿਵਾਰ ਜਿਹੜਾ ਉਹ ਇਸ ਘਟਨਾ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਇੱਕ ਤਰੀਕੇ ਦੇ ਨਾਲ ਘਰ ਦੇ ਵਿੱਚ ਕਮਾਈ ਨਹੀਂ ਸੀ ਪਤਨੀ ਦੀ ਡੈਥ ਤੋਂ ਬਾਅਦ ਜੋ ਹਾਲ ਹੋਇਆ ਇਹਨਾਂ ਸਭ ਨੂੰ ਸਮਝਣਾ ਚਾਹੀਦਾ ਗਾਇਕਾਂ ਨੂੰ ਗੀਤਕਾਰਾਂ ਨੂੰ ਸਾਨੂੰ ਵੀ ਰਿਸ਼ਤੇਦਾਰਾਂ ਨੂੰ ਪਰਿਵਾਰਾਂ ਨੂੰ ਸਮਝਣਾ ਚਾਹੀਦਾ ਇੱਕ ਦੂਜੇ ਨੂੰ ਹੰਭਲਾ ਦੇ ਕੇ ਜਿਹੜਾ ਉਹ ਸਮੇਂ ਨੂੰ ਵਿਚਾਰਨਾ ਚਾਹੀਦਾ ਰਹੀ ਗੱਲ ਕਿਸਾਨ ਮੋਰਚੇ ਦੀ ਇਹ ਕਦੋਂ ਇਸ ਨੂੰ ਸਫਲਤਾ ਮਿਲਦੀ ਹੈ ਕਿਸ ਤਰ੍ਹਾਂ ਮਿਲਦੀ ਹੈ ਕੀ ਇਸਦਾ ਅਖੀਰ ਹੁੰਦਾ ਕਦੋਂ ਹੁੰਦਾ ਇਸ ਸਭ ਦੇ ਉੱਤੇ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੁਸੀਂ ਲੋਕਰਾਂ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ ਤੁਹਾਨੂੰ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਰੱਖਿਓ ਧੰਨਵਾਦ